ਸਿਆਣੇ ਕਹਿੰਦੇ ਹੁੰਦੇ ਆ ਕੰਮ ਉਹੋ ਜਿਹਾ ਕਰੋ ਜਿਹਦੇ ਤੇ ਤੁਹਾਡੇ ਤੇ ਤੁਹਾਡਾ ਪਿੰਡ ਮਾਣ ਕਰੇ। ਪਰ ਆਹ ਮੁੰਡਿਆਂ ਨੇ ਉਹ ਜਿਹਾ ਕੰਮ ਕੀਤਾ ਵੀ ਜਿਹਦੇ ਤੇ ਮੇਰੇ ਹਿਸਾਬ ਨਾਲ ਸਾਰੇ ਪੰਜਾਬ ਵਾਲੇ ਮਾਣ ਕਰਨਗੇ। ਮੈਂ ਇਸ ਵਕਤ ਨਾ ਪਿੰਡ ਚੜੈਕ ਦੀ ਮੰਡੀ ਦੇ ਵਿੱਚ ਖੜਾ ਤੇ ਮੇਰੇ ਨਾਲ ਖੜਾ ਬਾਈ ਲਵਪ੍ਰੀਤ। ਦੋ ਭਰਾ ਏ, ਇੱਕ ਟਹਿਲ ਸਿੰਘ ਆ ਤੇ ਦੂਜਾ ਹੈਗਾ ਲਵਪ੍ਰੀਤ। ਇਹਨਾਂ ਤੇ ਪਿੰਡ ਮਾਣ ਕਰ ਰਿਹਾ ਇਸ ਵਕਤ, ਕਿਉਂਕਿ ਇਹਨਾਂ ਨੇ ਇੱਕ ਟਰੈਕਟਰ ਤਿਆਰ ਕਰਿਆ। ਟਰੈਕਟਰ ਦੇ ਪਿੱਛੇ ਦਿਮਾਗ ਹੋਰ ਵੀ ਆ, ਤਿਆਰ ਕਰਵਾਉਣ ਵਾਲਾ ਬੰਦਾ ਵੀ ਆ, ਉਹਦਾ ਵੀ ਓਡਾ ਵੱਡਾ ਯੋਗਦਾਨ ਹੀ ਆ ਜਿਹਨੇ ਤਿਆਰ ਕਰਵਾਇਆ। ਪਰ ਇਹ ਟਰੈਕਟਰ ਤਿਆਰ ਕਰਾਇਆ ਦੀ ਮੋਟੀ ਜੀ ਤੁਹਾਨੂੰ ਮੈਂ ਜਾਣਕਾਰੀ ਦੇ ਦਿੰਦਾ ਇਹ ਟਰੈਕਟਰ ਬਾਰੇ। ਇਹ ਟਰੈਕਟਰ ਸੱਜਣੋਂ ਤਕਰੀਬਨ 2 ਕਰਮਾਂ ਚੌੜਾ, 11 ਫੁੱਟ ਚੌੜਾ। ਆਮ ਟਰੈਕਟਰ ਹੁੰਦਾ ਨਾ ਜਿਹੜਾ, ਉਹ 1 ਕਰਮ ਦੀ 1.25 ਕਰਮ ਦੀ ਪਹੀ 'ਤੇ ਖੇਡਦਾ ਤੁਰਿਆ ਜਾਂਦਾ, ਇਹ 2 ਕਰਮਾਂ ਚੌੜਾ ਹੈ, ਕਮੈਣ ਦੇ ਕਟਰ ਜਿੰਨਾ ਚੌੜਾ ਆਪਾਂ ਕਹਿ ਸਕਦੇ ਹਾਂ, ਅਤੇ 17 ਫੁੱਟ ਹੈਗਾ ਲੰਮਾ। ਆਮ ਹੀ ਬੰਦਾ ਜਵਾਕ ਕਹਿੰਦਾ ਵੀ ਟਰੈਕਟਰ ਚਲਾਉਣਾ ਸਿੱਖ ਗਿਆ, ਮੈਨੂੰ ਪਤਾ ਇਹਨੂੰ ਇਹ ਟਰੈਕਟਰ ਚਲਾਉਣ ਵਾਸਤੇ ਚਲਾਉਣ ਵਾਲੇ ਬੰਦੇ ਨੂੰ ਵੀ ਸਿੱਖਣਾ ਪਊਗਾ ਦੁਬਾਰਾ, ਫੰਕਸ਼ਨ ਇੰਨੇ ਆ। ਹੁਣ ਤੁਹਾਨੂੰ ਮੈਂ ਅਗਲੀ ਗੱਲ ਦੱਸਦਾ ਇਹ ਟਰੈਕਟਰ ਬਾਰੇ। ਅਗਲੀ ਗੱਲ ਸੱਜਣੋ ਇਹ ਆ, ਇਹ ਟਰੈਕਟਰ ਦੀ ਇਹ ਸਾਡਾ ਚੈਲੰਜ ਹੀ ਆ। ਉਹ ਚੈਲੰਜ ਇਹ ਆ ਵੀ ਭਾਰਤ ਦੇ ਵਿੱਚ ਜਿੰਨੀਆਂ ਵੀ ਕੰਪਨੀਆਂ ਟਰੈਕਟਰ ਬਣਾਉਂਦੀਆਂ ਨਾ, ਉਹ ਟਰੈਕਟਰ ਆਹ ਮੁੰਡਿਆਂ ਨੇ ਜਿਹੜਾ ਟਰੈਕਟਰ ਬਣਾਇਆ ਇੰਨੇ ਫੰਕਸ਼ਨ ਨਹੀਂ ਪਾ ਸਕਦੀਆਂ ਜਿੰਨੇ ਟਰੈਕਟਰ ਸਾਡੇ ਜਵਾਕਾਂ ਨੇ ਪਾਤੇ ਆ। ਇਹ ਸਾਡੇ ਲਈ ਇੱਕ ਮਾਣ ਵਾਲੀ ਗੱਲ ਆ ਕਿ ਸਾਡੇ ਪਿੰਡਾਂ ਵਾਲੇ ਜਵਾਕਾਂ ਨੇ ਐਡਾ ਹੀ ਚੰਗੀ ਚੀਜ਼ ਬਣਾਤੀ, ਐਡਾ ਹੀ ਵਧੀਆ ਆਲਾ ਕੁਆਲਿਟੀ ਦੀ ਚੀਜ਼ ਬਣਾਤੀ ਵੀ ਜਿਹਦੇ ਆਪਾਂ ਹਿੰਦੁਸਤਾਨ ਦੀਆਂ ਸਾਰੀਆਂ ਕੰਪਨੀਆਂ ਨੂੰ ਚੈਲੰਜ ਕਰ ਸਕੀਏ ਕਿ ਭਾਈ ਸਾਡੇ ਟਰੈਕਟਰ ਜਿੰਨੇ ਫੰਕਸ਼ਨ ਆ ਜਿਹੜੇ ਉਹ ਤੁਹਾਡੇ ਟਰੈਕਟਰ 'ਚ ਨਹੀਂ ਹੋਣਗੇ। ਲਵਪ੍ਰੀਤ, ਇਹਦੇ ਲਈ ਮੱਲਾ ਤੇਰਾ ਧੰਨਵਾਦ ਵੀ ਆ ਸੱਜਣਾ, ਅਤੇ ਤੈਨੂੰ ਸ਼ਾਬਾਸ਼ ਵੀ ਦੇਣੀ ਬਣਦੀ ਆ, ਜਿਉਂਦਾ ਰਹਿ ਬਈ। ਤੂੰ ਇੰਨਾ ਚੰਗਾ, ਤੁਸੀਂ ਦੋਨਾਂ ਭਰਾਵਾਂ ਨੇ ਇਹ ਟਰੈਕਟਰ ਤਿਆਰ ਕਰਤਾ, ਜਿਉਂਦਾ ਰਹਿ। ਹਾਂਜੀ, ਧੰਨਵਾਦ ਜੀ। ਅਤੇ ਜਾਕ ਨਾ ਲੋੜ ਨਾ ਲੈ, ਤੇਰਾ ਆਪਣਾ ਭੈਣ ਭਾਈ ਆ ਮੈਂ, ਤੁਸੀਂ ਮੇਰੀਆਂ ਵੀਡੀਓ ਦੇਖਦੇ ਆ, ਜਮਾਂ ਲੋੜ ਨਹੀਂ ਮੰਨਣਾ। ਇਕੱਲੀ ਇਕੱਲੀ ਚੀਜ਼ ਪੁੱਛਣੀ ਆ ਅਸੀਂ ਤੇਰੇ ਤੋਂ, ਪਹਿਲਾਂ ਆਪਾਂ ਟਰੈਕਟਰ ਦੇ ਦਾਲੇ ਘੁੰਮਾਂਗੇ, ਦਾਲੇ ਦਾਲੇ ਵਾਲੇ ਫੰਕਸ਼ਨ ਵੇਖਾਂਗੇ, ਤੇ ਫਿਰ ਉਸ ਤੋਂ ਬਾਅਦ ਇਹ ਆਪਰੇਟ ਹੁੰਦਾ ਆਪਾਂ ਤਾਹਾਂ ਚੜਾਂਗੇ। ਠੀਕ ਹੈ ਨਾ ਬਾਈ? ਠੀਕ ਹੈ ਜੀ। ਸਭ ਤੋਂ ਜੇ ਮੈਂ ਪਹਿਲੀਆਂ ਦੇ ਵਿੱਚ ਬਾਈ ਮੈਂ ਇਹਦਾ ਪੁੱਛਾਂ ਵੀ ਇਹਦਾ ਭਾਰ ਕਿੰਨਾ ਹੋਊਗਾ ਟਰੈਕਟਰ ਦਾ? ਇਹਦਾ ਜਿਹੜਾ ਭਾਰ ਆ ਜੀ 60 ਕੁਇੰਟਲ ਭਾਰ ਆ ਜੀ ਇਹਦਾ। 6 ਟਨ? ਹਾਂਜੀ, 6 ਟਨ ਤੋਲ ਲਿਆ। ਹਾਂਜੀ, ਤੋਲ ਕੇ ਆਉਂਦਾ ਜੀ। ਤੋਲ ਕੇ ਇਹ ਹੁਣ ਇਸ ਵਕਤ 6 ਟਨ ਦਾ ਬਣ ਗਿਆ, ਮੇਰੇ ਹਿਸਾਬ ਨਾਲ JCB ਨਾਲੋਂ ਭਾਰਾ ਹੋ ਗਿਆ। ਹਾਂਜੀ, ਦੂਜੀ ਗੱਲ ਜਦੋਂ ਇਹ ਕੰਡੇ ਤੇ ਖੜਾਇਆ ਤੇ ਪੂਰੇ ਨਹੀਂ ਸੀ ਆਉਂਦਾ ਪਿਆ, ਥੱਲੇ ਇਹਦੇ ਮਤਲਬ ਇੱਟਾਂ ਦੇ ਕੇ ਫਿਰ ਉੱਪਰ ਚੱਕ ਕੇ ਫਿਰ ਕੰਡੇ ਦੇ ਉੱਤੇ ਸੈੱਟ ਕੀਤਾ ਇਹਨੂੰ। ਕੰਡੇ ਦੇ ਕੰਡਾ ਇਹ ਤੋਂ ਘੱਟ ਚੌੜਾ ਸੀ, ਕੰਡਾ 'ਚ ਘੱਟ ਚੌੜਾ ਸੀਗਾ। ਹਾਂ, ਇਹ ਜ਼ਿਆਦਾ ਚੌੜਾ, ਜ਼ਿਆਦਾ ਚੌੜਾ, ਕੰਡੇ ਤੇ ਚੜਿਆ ਨਹੀਂ। ਨਹੀਂ, ਲੈ ਵੀ ਇਹ ਹੋ ਗਈ ਗੱਲ, ਤੇ ਦੂਜੀ ਗੱਲ ਮੈਨੂੰ ਇਹ ਦੱਸ ਕਿ ਇਹਦੇ 'ਚ ਇੰਜਣ ਕਿਹੜਾ ਹੈ, ਕਿੰਨੇ ਸਿਲੰਡਰ ਇੰਜਣ ਆ ਇਹਦਾ? ਇਹ ਜਿਹੜਾ ਸਿਲੰਡਰ ਇੰਜਣ ਹੈਗਾ ਨਾ, ਇਹ ਹੈਗਾ 6 ਸਿਲੰਡਰ। 6 ਸਿਲੰਡਰ ਇੰਜਣ ਆ ਤੇ ਨਾਲ ਟਰਬੋ ਲੱਗ ਗਿਆ। ਹਾਂ, ਨਾਲ ਟਰਬੋ ਲੱਗ ਗਿਆ ਇਹਦੇ। ਇਹ ਟਰਬੋ ਲੱਗ ਕੇ ਕਿੰਨੇ ਹਾਰਸ ਪਾਵਰ ਹੋ ਗਿਆ ਹੋ ਤਕਰੀਬਨ ਇਹ? ਇਹ ਪਹਿਲਾਂ ਤਾਂ ਸੀਗਾ 120 ਹਾਰਸ ਪਾਵਰ, ਹੁਣ ਤਕਰੀਬਨ 150 ਹਾਰਸ ਪਾਵਰ ਤੋਂ ਉੱਪਰ ਆਈ। ਇਹ 150 ਹਾਰਸ ਪਾਵਰ ਹੋ ਚੁੱਕਿਆ? ਹੋ ਚੁੱਕਿਆ ਜੀ। ਤੇ ਅਗਲੇ ਪਾਸੇ ਆਹ ਜਗਾੜ ਕਾਹਦੇ ਕਾਹਦੇ ਵਾਸਤੇ ਕੰਮ ਆਊਗਾ, ਆਹ ਜਿਹੜਾ ਲਾਤਾ ਜੀ? ਆਹ ਤਾਂ ਜੀ ਹੋ ਗਈ ਆਪਣੀ ਟਾਪ ਲਿੰਕ, ਜਿਹਨੂੰ ਪੰਜਾਬੀ 'ਚ ਡੰਡਾ ਕਹਿ ਦਿੰਦੇ, ਡੰਡਾ ਕਹਿ ਦਿੰਦੇ ਹਾਂ। ਆਹ ਹੋ ਗਈ ਡਰਾਫਰ ਇਹਦੀ ਜੀ, ਜਿਹਨੂੰ ਫੱਟੀ ਕਹਿ ਦਿੰਦੇ ਆਪਾਂ ਪੰਜਾਬੀ 'ਚ। ਤੇ ਆਹ ਜੈਕ ਲਾ, ਇਹਨੂੰ ਇਹ ਮੂਹਰੇ ਲੱਗੀ ਹੈ ਲੈਫਟ ਆ ਜੀ। ਇਹ ਪ੍ਰੋਪਰ ਜਿਹੜੀ ਮਗਰਲੀ ਲੈਫਟ ਆ ਉਹੀ ਅੱਗੇ ਲੱਗ ਗਈ ਹੈ? ਹਾਂਜੀ, ਉਹਦੇ ਨਾਲ ਦੀ ਲੈਫਟ ਹੀ ਇਹ ਫਰੰਟ ਤੇ ਲੱਗ ਗਈ ਇਹਦੇ। ਵੀ ਆਹ ਹੋ ਗਈ ਇਹਦੀ ਡਰਾਵਰ, ਡਰਾਫਰ ਹੋ ਗਈ ਤੇ ਆਹ ਹੋ ਗਿਆ ਟਾਪ ਲੈਂਕ। ਜਿਹੜੀ ਚੀਜ਼ ਮਗਰ ਪੈਂਦੀ ਆ ਉਹ ਸਾਰੀ ਮੂਹਰੇ ਪੈਂਦੀ ਵੀ ਕਰਦੀ ਆ? ਮੂਹਰੇ ਪੈਂਦੀ ਕਰ, ਮੂਹਰੇ ਪੈਂਦੀ ਕਰ, ਫਰੰਟ ਤੇ ਹੁੱਕ ਵੀ ਲਾ ਦਿੱਤੀ ਇਹਦੇ। ਅੱਛਾ, ਮੂਹਰੇ ਹੁੱਕ ਵੀ ਲਾ ਦਈਏ, ਮਗਰ ਨੂੰ ਲਿਜਾਣਾ ਪਵੇ ਤਾਂ ਮਗਰ ਨੂੰ ਵੀ ਜਾ ਸਕਦਾ। ਤੇ ਇਹਨੂੰ ਟੋਚਨ ਪਾਉਣ ਦਾ ਵੈਸੇ ਤਾਂ ਟੋਚਨ ਪਾਉਣ ਦੀ ਲੋੜ ਨਹੀਂ ਇਹਨੂੰ, ਜੇ ਪਾਉਣਾ ਪਵੇ ਤਾਂ ਮਤਲਬ ਉਹਦੇ ਵਾਸਤੇ ਲਾਈਏ। ਤੇ ਇੱਕ ਤੁਹਾਨੂੰ ਮੈਂ ਗੱਲ ਹੋਰ ਦੱਸਦਾ ਕੰਮ ਦੀ, ਵੀ ਇਹ ਕਿਸੇ ਜਵਾਕ ਨੇ ਕਿਸੇ ਪਿਓ ਦੇ ਗਲ 'ਚ ਅੰਗੂਠਾ ਦੇ ਕੇ ਨਹੀਂ ਬਣਵਾਇਆ, ਇਹ ਇੱਕ ਪਰਦੇਸੀ ਬੰਦੇ ਨੇ ਆਪਣਾ ਸੁਪਨਾ ਪੂਰਾ ਕਰਨ ਲਈ ਉਹ ਪਹਿਲਾਂ ਮੁਲਕ ਛੱਡ ਕੇ ਗਿਆ, ਫਿਰ ਉਸ ਤੋਂ ਬਾਅਦ ਭੋਲਾ ਬਾਈ ਕੋਕਰੀ ਵਾਲਾ, ਹੈ ਨਾ ਬਾਈ? ਫਿਰ ਉਸ ਤੋਂ ਬਾਅਦ ਉੱਥੇ ਦਿਨ ਰਾਤ ਮਿਹਨਤ ਕੀਤੀ ਆਪਣੇ ਸੁਪਨੇ ਪੂਰੇ ਕਰਨ ਦੀ। ਉਹ ਬਾਈ ਕੋਲ ਉਹਦੇ ਮਨ 'ਚ ਇੱਕ ਸੁਪਨਾ ਸੀ ਜਦੋਂ ਇੱਧਰੋਂ ਗਿਆ ਸੀ ਕਿ ਮੈਂ ਦੁਨੀਆ ਤੋਂ ਇਹੋ ਜਿਹੀ ਚੀਜ਼ ਰੱਖਾਂ ਜਿਹੜੀ ਨੂੰ ਦੁਨੀਆ ਖੜ ਖੜ ਵੇਖੇ, ਤੇ ਉਹ ਆਪਣਾ ਸੁਪਨਾ ਪੂਰਾ ਕਰਨ ਲਈ ਪਰਦੇਸੀ ਬੰਦੇ ਨੇ ਦਿਨ ਰਾਤ ਮਿਹਨਤ ਕੀਤੀ ਆ, ਵੀ ਕੋਈ ਐਵੇਂ ਨਾ ਹੋਵੇ ਵੀ ਅੱਧਾ ਕਿੱਲਾ ਵੇਚ ਕੇ ਇਹ ਕੰਮ ਕਰਨ ਲੱਗ ਜੇ। ਇਹ ਕੰਮ ਮਿਹਨਤ ਕੀਤੀ ਆ, ਉਸ ਤੋਂ ਬਾਅਦ ਕੀਤਾ, ਇਦੂ ਗਾਂਹ ਚੱਲਦੇ ਆ। ਤੇ ਆਹ ਜਿਹੜਾ ਬਾਈ ਆਹ ਜਗਾੜ ਆ, ਇਹ ਕਿੱਥੋਂ ਆਇਆ ਹੋਇਆ? ਆਹ
ਜਿੰਨਾ ਇਹ ਟਾਇਰਾਂ ਦਾ ਚੌੜਾ ਇੱਥੋਂ ਤੱਕ ਇਹਦੇ ਚੜ੍ਹਨ ਨੂੰ ਰੱਖਿਆ ਹੋਇਆ। ਆਪਾਂ ਇਹਦੇ ਦਾਲੇ ਦਾਲੇ ਘੁੰਮਦੇ ਹਾਂ ਪਹਿਲਾਂ ਅਤੇ ਮਗਰਲੇ ਪਾਸੇ ਆ ਜਾਓ ਸੱਜਣੋ, ਮਗਰਲੇ ਪਾਸੇ ਆਓ, ਤੁਹਾਨੂੰ ਦਿਖਾਵਾਂ ਬਈ ਮਗਰਲੇ ਪਾਸੇ ਕੀ ਬਣਾਇਆ ਪਿਆ। ਦੋ ਹੁੱਕਾਂ ਲਾਤੀਆਂ, ਹੁੱਕ ਯਾਰ ਬਹੁਤ ਹੈਵੀ ਆ, ਕਿੱਥੋਂ ਤਿਆਰ? ਇਹ ਆਪਣੇ ਇੱਥੇ ਹੋਈ ਤਿਆਰ। ਇਹ ਤੁਸੀਂ ਤਿਆਰ ਕੀਤੀ ਹੈ? ਹਾਂਜੀ, ਇੱਥੇ ਤਿਆਰ ਕੀਤੀ। ਆਹ ਹੁੱਕ ਸਾਰੀ ਢਾਂਚਾ ਸਣੇ? ਨਹੀਂ, ਨਿਸ਼ਾਨਾ ਲਾ ਕੇ ਗੁੱਲਾ ਪਾਉਣ ਦੀ ਲੋੜ ਨੀ, ਇਹ ਸਿੱਧਾ ਹੀ ਪੈ ਜਾਊਗਾ। ਹੁੱਕ ਆ, ਜਦੋਂ ਇਹਦੀ ਟਰਾਲੀ ਪਾਉਣੀ ਆ ਤਾਂ ਇਹਦੇ ਵਿੱਚ ਟਰਾਲੀ ਜਦੋਂ ਜ਼ੋਰ ਨਾ ਆ ਕੇ ਵੱਜੂਗੀ ਨਾ, ਇਹਦੇ ਵਿੱਚ ਐਂ ਵੱਜੂਗੀ ਟਰਾਲੀ, ਤਾਂ ਇਹ ਐਵੇਂ ਡਿੱਗ ਪੂਗੀ, ਆਪਣੇ ਆਪ ਡਿੱਗ ਪੂਗੀ। ਮਤਲਬ ਟਰਾਲੀ ਗੁੱਲਾ ਪਾਉਣ ਦੀ ਲੋੜ ਨਹੀਂ, ਐਵੇਂ ਕਰਕੇ ਇਹ ਆਪਣੇ ਆਪ ਐਵੇਂ ਆ ਨਾ। ਲਵਪ੍ਰੀਤ, ਮੈਂ ਸਹੀ ਜਾਣਕਾਰੀ ਦੇ ਰਿਹਾ? ਹਾਂ, ਮੈਂ ਠੀਕ ਆ। ਇੱਕ ਨੂੰ ਉੱਪਰ ਥੱਲੇ ਕਰਨ ਲਈ ਪੈਨ ਨਹੀਂ ਪਾਉਣੀ ਪੈਂਦੀ ਐਕਸਟਰਾ। ਅੱਛਾ, ਇਹਨੂੰ ਇੱਦਾਂ ਕਰ ਲੈਣਾ ਵਾ। ਹਾਂ, ਤੇ ਹੁੱਕ ਤਾਂ ਚੱਕ ਦੇਣੀ ਜਿਵੇਂ ਮਰਜ਼ੀ ਕਰ ਲਓ। ਅੱਛਾ, ਆਹ ਜਗਾੜ ਦਿੱਤਾ ਕਿ ਹੁੱਕ, ਕਿਉਂਕਿ ਭਾਰੀ ਬਹੁਤ ਆ, ਵੀ ਤਿੰਨ ਜਣੇ ਤਾਂ ਪਹਿਲਾਂ ਐਂ ਫੜ ਕੇ ਰੱਖਣਗੇ, ਫਿਰ ਸਾਈਡ ਤੋਂ ਦੀ ਪਾਉਣਗੇ, ਫਿਰ ਪੈਣਾ ਨਹੀਂ। ਉਹ ਕੁਝ ਨਹੀਂ ਕਰਨ ਦੀ ਲੋੜ, ਇਹਨੂੰ ਕਰਨਾ ਪੈਂਦਾ। ਇਹ ਤਾਂ ਪਰ ਵੈਸੇ ਫਿਕਸ ਹੀ ਕੀਤੀ ਹੈ, ਕਾਬਲੇ ਲਾਏ ਨੂੰ, ਇਹ ਫਿਕਸ ਹੀ ਕਰਤੀ। ਵੀ ਜੇ ਨਹੀਂ ਤਾਂ ਹੁੱਕ ਸਾਡੇ ਵਰਗਾ ਪਾਉਂਦਾ ਹੋਵੇ ਗੁੱਲੀ, ਤੇ ਉਧਰੋਂ ਵੱਡੇ ਬਾਈ ਦੀ ਚੱਕੀ ਹੋਵੇ, ਤਾਂ ਸਾਡੇ ਵਰਗਾ ਤਾਂ ਮੈਂ ਤੇ ਪ੍ਰੀਤ ਤਾਂ ਗਾਲਾਂ ਹੀ ਲਈ ਜਾਈਏ ਬਾਈ ਤੋਂ। ਆਹ ਦੇਖੋ,
ਆ ਦੱਸ ਮੈਨੂੰ ਲਵਪ੍ਰੀਤ ਆ ਕਾਹਦੇ ਵਾਸਤੇ ਬਟਨ? ਇਹ ਜੀ ਹੈਗੀ ਆਪਣੀ ਲੈਫਟ ਕੰਟਰੋਲਰ ਜੀ। ਇਹਦੇ ਤੋਂ ਅੱਲਾ ਬੰਦਾ ਜਿਹੜਾ ਉਹ ਮਗਰ ਖੜ ਕੇ ਕੋਈ ਇੰਪਲੀਮੈਂਟ ਪਾਉਣਾ ਵਾ ਤੇ ਉਹ ਇੱਥੋਂ ਹੀ ਲੈਫਟ ਤਾਂ ਚਾਹ ਤਾਂ ਕਰ ਸਕਦਾ। ਹਾਂਜੀ ਇੱਥੇ ਹੀ ਕਰ ਲੂ, ਇਕੱਲਾ ਬੰਦਾ ਕੰਮ ਕਰ ਸਕਦਾ ਜਿਵੇਂ ਕਹਿ ਦੇਗੀ। ਹਾਂ ਤੇ ਆ ਗਏ ਇਹਦੇ ਡਿਸਟ੍ਰੀਬਿਊਟਰ ਜਿਹੜੇ ਮਗਰ ਇੰਪਲੀਮੈਂਟ ਆਪਾਂ ਪਾਉਣੇ ਆ। ਹਾਂਜੀ ਤੇ ਆ ਦੋ ਕਾਹਤੋਂ ਦਿੱਤੇ ਆ? ਆਹਾ ਇਹ ਆ ਤਾਂ ਜਿਹੜੇ ਇਹਦੇ ਪਹਿਲਾਂ ਸੀਗੇ ਜਿਹੜੇ ਆ ਜਿਹੜੇ ਦੋ ਐਡ ਹੋਰ ਕੀਤੇ ਨਾਲ ਇਹਦੇ। ਇਹ ਤੁਸੀਂ ਦੋ ਆਪ ਕੀਤੇ ਆ? ਹਾਂਜੀ ਬਾਅਦ ਚ ਐਡ ਕੀਤੇ ਇਹ। ਤੇ ਇਹਦਾ ਕੰਮ ਇਹ ਹੈ ਜੀ ਜਿਹੜਾ ਆ ਵਾਲਾ ਵਾ ਜਿੱਥੇ ਹੁਣ ਇਹ ਲੱਗੀ ਵੀ ਆ ਇਹਦੇ ਵਿੱਚ ਇਹ ਕੰਮ ਆ ਮਤਲਬ ਵੀ ਇਲੈਕਟ੍ਰੋਨਿਕ ਲੈਫਟ ਆ ਇੱਥੇ ਕੰਟਰੋਲਰ ਜਿਹੜੀ ਮਤਲਬ ਵੀ ਉਹਦੇ ਤੇ ਚੱਲਦੀ ਹੈ ਬਟਨਾਂ ਤੇ। ਤੇ ਇੱਕ ਜਿਹੜਾ ਆ ਥੱਲੇ ਲਾਇਆ ਇੱਥੇ ਹੋ ਗਈ ਲੈਫਟ 7 ਦੀ। ਇਹ ਤੁਸੀਂ ਆਪ ਲਾਤਾ? ਹਾਂਜੀ ਇਹ ਵੀ ਦੋਨੇ ਆਪ ਲਾਤੇ? ਦੋਨੇ ਆਪ ਹੀ ਲਾਤੇ ਬਾਅਦ ਚੋਂ। ਵੀ ਇੱਥੇ ਜਿਹੜਾ ਵੀ ਜਿਵੇਂ ਕਹਿੰਦੇ ਕਿ ਜਿਹੜਾ ਬੰਦਾ ਨਹੀਂ ਚਲਾਉਣੀ ਜਾਣਦਾ ਜੀ ਇਲੈਕਟ੍ਰੋਨਿਕ ਲੈਫਟ ਉਹ ਬੰਦਾ ਚਲਾ ਸਕਦਾ ਹੈ। ਇਲੈਕਟ੍ਰੋਨਿਕ ਲੈਫਟ ਜਿਹੜੀ ਹੈਗੀ ਆ ਉਹ ਜਮਾ ਕੰਪਿਊਟਰ ਹੈ ਜੀ ਲੈਫਟ ਆ ਉਹ ਤਾਂ। ਹਾਂਜੀ ਕੰਪਿਊਟਰ ਹੈ ਜੀ ਉਹ ਤਾਂ ਹੈਗੀ ਆ ਵੀ ਜਿਵੇਂ ਮੋਬਾਈਲ ਚਲਾਉਣਾ ਮੋਬਾਈਲ ਤੇ ਫੰਕਸ਼ਨ ਵਾਲੀ ਲੈਫਟ। ਹਾਂਜੀ ਬਿਲਕੁਲ ਜੀ ਜਿਹੜੇ ਬੰਦੇ ਨੂੰ ਉਹ ਨਹੀਂ ਚਲਾਉਣੀ ਆਉਂਦੀ ਉਹ ਸਾਦੀ ਲੈਫਟ ਲੀਵਰ ਵਾਲੀ ਲੈਫਟ ਤੋਂ ਕੰਮ ਲੈ ਸਕਦਾ। ਸਾਦੀ ਲੈਫਟ ਚਲਾ ਸਕਦਾ ਤੇ ਜਾਂ ਜੇ ਆ ਖਰਾਬ ਹੋ ਗਈ ਤਾਂ ਉਦੋਂ ਵੀ ਇਹਤੋਂ ਕੰਮ ਲਿਆ ਜਾ ਸਕਦਾ। ਹਾਂਜੀ ਮਤਲਬ ਕਈ ਵਾਰੀ ਖਰਾਬ ਹੋ ਜੇ ਬਾਈ ਚਾਂਸ ਕੋਈ ਟੈਕਨੀਕਲ ਖਰਾਬੀ ਆ ਸਕਦੀ ਕੰਪਿਊਟਰ ਵਾਲੀ ਚੀਜ਼ ਆ ਹਨਾ ਉਹ ਵੀ ਸਕਦਾ। ਹਾਂਜੀ ਤੇ ਉਦੋਂ ਇਹ ਵਰਤੀ ਜਾ ਸਕਦੀ ਹਾਂ ਜਦੋਂ ਇਹ ਚੀਜ਼ ਖੜੂਗੀ ਨਹੀਂ ਖੜੂਗੀ ਨਹੀਂ ਜੀ ਖੜੂਗੀ ਨਹੀਂ। ਹਾਂਜੀ ਤੇ ਮੈਂ ਹਾਂ ਤੇ ਆ ਆ ਤਾਂ ਦੇਤੇ ਬਾਈ ਆਪਾਂ ਡਿਸਟ੍ਰੀਬਿਊਟਰ ਦੇ ਪੁਆਇੰਟ ਹਨਾ ਤੇ ਆ ਕਾਸ ਤੋਂ ਦਿੱਤੇ ਆ ਆਹਾ ਇਹ ਪਲੱਗ ਹੋ ਗਈ ਜੀ ਉਹਦੇ ਬੈਟਰੀ ਦੇ ਹੋ ਗਈ ਮੇਨ ਇਹ ਬੈਟਰੀ ਦੇ ਡਾਇਰੈਕਟ ਹੋ ਗਏ ਇੱਧਰ ਕੱਢ ਤੇ ਮਤਲਬ ਉੱਥੋਂ ਸਿੱਧੀਆਂ ਇਹਨੂੰ ਵਾਇਰਾਂ ਲੱਗ ਗਈਆਂ ਮੋਟੀਆਂ ਜੀ ਇਤੋਂ ਕੋਈ ਵੀ ਆਪਾਂ ਮਤਲਬ ਇੰਪਲੀਮੈਂਟ ਕਰਨਾ ਨੂੰ ਕੋਈ ਵੀ ਚੀਜ਼ ਲਾਉਣੀ ਡਾਇਰੈਕਟ ਦੇਣੀ ਹੈ ਕਿਸੇ ਨੂੰ ਡਾਇਰੈਕਟ ਦੇਣੀ ਹੈ ਜਾਂ ਇਹਨੂੰ ਕੋਈ ਮਤਲਬ ਕੋਈ ਆਪਾਂ ਜਿਵੇਂ ਕਹਿੰਦੇ ਕਿ ਡੈਕ ਹੀ ਲਾਉਣਾ ਹੋਵੇ ਤੇ ਇੱਥੋਂ ਲੱਗ ਜਾਊਗਾ ਬੈਟਰੀ ਨੂੰ ਲਾਉਣ ਦੇ ਕੋਈ ਨੁਕਸਾਨ ਨਹੀਂ ਹੁੰਦਾ ਬੈਟਰੀ ਨੂੰ ਲਾਉਣ ਬਾਈ ਚਾਂਸ ਯਾਰ ਜੇ ਸਾਨੂੰ ਇਹਨੂੰ ਵੀ ਸਟਾਰਟ ਕਰਨ ਲਈ ਵੀ ਇੱਥੇ ਆਪਾਂ ਆਪਸ਼ਨ ਦੇ ਸਕਦੇ ਹਾਂ। ਹਾਂਜੀ ਹਾਂਜੀ ਇੱਥੋਂ ਹੀ ਬੈਟਰੀ ਨੂੰ ਲਾਉਣ ਦੇ ਸਕਦੇ ਹਾਂ। ਹਾਂਜੀ ਹਾਂਜੀ ਤੇ ਜੇ ਇਹਦੇ ਤੋਂ ਕੋਈ ਸਟਾਰਟ ਕਰਨਾ ਤਾਂ ਵੀ ਉਹ ਚੀਜ਼ ਨੂੰ ਵੀ ਵਰਤ ਸਕਦੇ ਹਾਂ ਆਪਾਂ ਹਨਾ ਬਾਈ। ਇਹ ਹੋ ਗਿਆ ਤੇ ਇਹਦੇ ਵੀ ਜਿਹੜੀ ਜੈਕ ਆ ਉਹ ਉੱਪਰ ਥੱਲੇ ਵਾਲਾ ਕਰਤਾ ਇਹ ਜੀ ਸਿੰਗਲ ਐਕਸ਼ਨ ਹੀ ਹੈ। ਅੱਛਾ ਇਹ ਸਿੰਗਲ ਆ ਉੱਪਰ ਹੈਗੀ ਇਲੈਕਟ੍ਰੋਨਿਕ ਲੈਫਟ ਆ ਇਹ ਜੀ ਇਹ ਕੰਮ ਉਹਦੇ ਹਿਸਾਬ ਨਾਲ ਆਪਣੇ ਆਪ ਹੀ ਹੁੰਦੀ ਹੈ ਉੱਪਰ ਥੱਲੇ ਇਲੈਕਟ੍ਰੋਨਿਕ ਇਹ ਇਲੈਕਟ੍ਰੋਨਿਕ ਲੈਫਟ ਆ ਗਈ ਸੋਲਿਸ ਸੋਲਿਸ ਦੀ। ਹਾਂਜੀ ਸੋਲਿਸ ਟਰੈਕਟਰ ਆ ਹਾਂਜੀ ਹਨਾ ਜਿਹੜੀ ਉਹ MIM ਚ ਕੰਮ ਕਰਦੀ ਆ। ਹਾਂਜੀ ਹਾਂਜੀ ਕੰਪਿਊਟਰ ਹੈ ਜੀ। ਹਾਂਜੀ ਹਾਂਜੀ ਕੰਪਿਊਟਰ ਹੈ ਜੀ ਲੈਫਟ ਆ ਗਈ ਤੇ ਇਸ ਤੋਂ ਅੱਗੇ ਆਪਾਂ ਟਰੈਕਟਰ ਦੇ ਆਲੇ ਦਾਲੇ ਘੁੰਮੇ ਆਈਏ ਬਾਈ ਕੋਈ ਮਗਰ ਕੋਈ ਚੀਜ਼ ਰਹਿ ਗਈ ਤਾਂ ਦੱਸ ਦੇ। ਲੈਫਟ ਦੀ ਜਿਹੜੀ ਕਪੈਸਿਟੀ ਹੈ ਨਾ ਜੀ ਹਾਂ 4500 ਮਤਲਬ 4500 ਕਿਲੋ ਦੀ ਕਪੈਸਿਟੀ ਹੈ ਮਤਲਬ 4.5 ਟਨ ਟਨ ਦੀ ਕਪੈਸਿਟੀ ਹੈ ਇਹਦੀ। ਮਤਲਬ ਆਪਾਂ ਇਹ ਕਹਿ ਲਈਏ ਕਿ ਇਹ ਟਰੈਕਟਰ 6 ਟਨ ਦਾ। ਹਾਂਜੀ ਤੇ ਤਕਰੀਬਨ ਆਪਦੇ ਭਾਰ ਤੋਂ ਪੌਣਾ ਭਾਰ ਇਹਦੀ ਲੈਫਟ ਕੱਲੀ ਚੱਕ ਸਕਦੀ ਹੈ। ਸੱਕੇ ਦੀ ਆ ਡਰਾਫਰ ਆ ਜਿਹੜੀ ਬਾਈਲਾਰਸ ਦੀ ਓਰੀਜਨਲ। ਅੱਛਾ ਇਹ ਬਾਈਲਾਰਸ ਦੀ ਓਰੀਜਨਲ ਆ? ਬਾਈਲਾਰਸ ਦੀ ਓਰੀਜਨਲ ਬਾਈ ਇਹ ਲੈਫਟ ਆ ਆਹ ਡਰਾਫਰ ਆ ਜੀ। ਇਹਦੀ ਲੈਫਟ ਦੀ ਯਾਰ ਸਮਰੱਥਾ ਕਮਾਲ ਆ ਯਾਰ ਕਮਾਲ ਦੀ ਸਮਰੱਥਾ ਯਾਰ ਇੰਨੀ ਹਨਾ ਬਹੁਤ ਜ਼ਿਆਦਾ ਵਜਨ ਚੱਕ ਲੈਂਦੀ ਬਹੁਤ ਜ਼ਿਆਦਾ ਵਜਨ 4.5 ਟਨ ਯਾਰ ਟਰੱਕ ਦਾ ਵਜਨ ਹੋ ਜਾਂਦਾ ਹਨਾ ਵੀ ਟਰੱਕ ਲੋਡ ਕਰਕੇ ਲੋਕ ਲੈ ਕੇ ਜਾਂਦੇ ਇੰਨਾ ਵਜਨ ਹਨਾ ਤੇ ਕਿੰਨਾ ਵਜਨ ਆ ਜਿਹੜਾ ਇਹ ਇਹਦੀ ਲੈਫਟ ਚੱਕ ਸਕਦੀ ਆ ਜਿਹੜੀ ਡਰਾਫਰ ਆ ਇਹੀ ਮਤਲਬ 13-14 ਹਜ਼ਾਰ ਰੁਪਏ ਦੀ ਆ ਕੱਲੀ ਕੱਲੀ ਜੇ ਆਪਾਂ ਕੱਲੀ ਆਪਾਂ ਜੇ ਆਪਾਂ ਓਲਡ ਲੈਣੀ ਹੋਵੇ ਜਾਂ ਪੁਰਾਣੀ ਲੈਣੀ ਹੋਵੇ ਨਾ 13-14 ਹਜ਼ਾਰ ਰੁਪਏ ਦੀ ਮਿਲਦੀ ਹੈ ਸਾਰਾ ਸੈੱਟ ਤੇ ਇਹ ਹਿਸਾਬ ਨਾਲ ਆਪਾਂ ਵੀ ਲਾ ਲਓ ਹਿਸਾਬ ਵੀ ਟਰੈਕਟਰ ਦਾ ਵੀ ਕਿੰਨਾ ਇਹਦੇ ਤੇ ਮੁੱਲ ਲੱਗ ਗਿਆ ਹੋਊ ਵੀ ਜੇ ਆਪਾਂ ਮੋਟਾ ਹਿਸਾਬ ਲਾਈਏ ਫੱਟੀ ਇਹਦੀ 14,000 ਰੁਪਏ ਦੀ ਹੈ ਜਿਹਨੂੰ ਆਪਾਂ ਫੱਟੀ ਕਹਿ ਦਿੰਦੇ ਹਾਂ ਪਿੰਡ ਵਾਲੇ ਹੈ ਵੀ ਫੱਟੀ 14,000 ਰੁਪਏ ਦੀ ਹੈ ਤੇ ਗਾਹਾਂ ਇਤੋਂ ਗਾਹਾਂ ਸਾਰਾ ਇਹ ਜਿਹਾ ਲੋਹਾ ਹੀ ਹੈ ਗਾਹਾਂ। ਹਾਂਜੀ ਹਾਂਜੀ ਮੋਟਾ ਲੋਹਾ ਹੀ ਲੱਗਾ। ਹਾਂ ਤੇ ਇਦੋਂ ਬਾਅਦ ਇੱਥੇ ਕੋਈ ਫੰਕਸ਼ਨ ਤਾਂ ਨਹੀਂ ਰਹਿ ਗਿਆ ਪੁੱਛਣ ਵਾਲਾ ਬਾਈ ਤੇ ਆ ਕੀ ਜਗਾੜ ਦਿੱਤਾ? ਇਹ ਜੀ ਇਹਦੇ ਬਾਈਲਾਰਸ ਦੇ ਹੀ ਆ ਹਾਂ ਸਾਰਾ ਲੁਬਰੀਕੇਸ਼ਨ ਚਾਰਟ ਆ ਜੀ ਤੇ ਇਹ ਹੈਗਾ ਵਾ 1969 ਦਾ ਜੀ ਇਹ ਜਿਹੜੇ ਚਾਰਟ ਆ ਆ ਚਾਰਟ 1969 ਦਾ ਓਰੀਜਨਲ ਹੈ। ਹਾਂਜੀ ਓਰੀਜਨਲ ਹੈ ਜੀ ਇਹ ਪਿੱਤਲ ਦੇ ਆ ਜੀ ਪਿੱਤਲ ਦਾ ਤੇ ਇਹ ਇਹਨੂੰ ਤੁਸੀਂ ਗਵਾਇਆ ਨਹੀਂ ਵੀ ਇਹਨੂੰ ਤੁਸੀਂ ਉਹੀ ਮੁਹੱਬਤ ਤੌਰ ਤੇ ਲਾਤਾ ਇਹ ਸਾਰੇ ਟ੍ਰੈਕਟਰ ਦੇ ਉੱਪਰ ਹੀ ਆਪਣੇ ਪੁਰਾਣੇ ਹੀ ਲਾਏ ਹੋਏ ਆ ਪੁਰਾਣੀ ਲਾਏ ਹੋਏ ਆ ਉਦੋਂ ਕਿਉਂਕਿ ਜਦੋਂ ਆਪਾਂ ਸ਼ੋਅ ਲਿਆਂਦੀ ਮੇਰੇ ਹਿਸਾਬ ਨਾਲ ਵਰਤੀ ਕੱਲੀ ਵਾਈਲਾਰਸ ਵਾਲੀ ਸ਼ੋਅ ਹੀ ਆ। ਹਾਂਜੀ 1969 ਮਾਡਲ ਦੇ ਉੱਪਰ ਵੀ ਲਿਖਿਆ ਟ੍ਰੈਕਟਰ ਦੇ ਠੀਕ ਆ ਤੇ ਉਹ ਇਸੇ ਕਰਕੇ ਲਿਖਿਆ ਇਹਦੇ ਜਿਹੜੀ ਸ਼ੋਅ ਵੀ ਜਿਹੜੀ 1969 ਮਾਡਲ ਦੇ ਕੋਈ ਆ 1969 ਮਾਡਲ ਜਿੰਦਾ ਜਦੋਂ ਇਹ ਪਹਿਲਾਂ ਜੰਮਿਆ ਸੀ 1969 ਚ ਪੈਦਾ ਹੋਇਆ ਸੀ। ਹਾਂਜੀ ਹਾਂਜੀ ਐਂ ਕਹਿ ਹਾਂ ਤੇ ਇਹਦੇ ਬੈਟਰੀਆਂ ਕਿੰਨੀਆਂ ਜੋੜਤੀਆਂ ਇਹਨੂੰ ਸਟਾਰਟ ਇਹ ਦੋ ਬੈਟਰੀਆਂ ਲੱਗੀਆਂ ਇਹ ਬੈਟਰੀਆਂ ਛੋਟੀਆਂ ਹੀ ਆ ਇਹ ਜੀ 90 ਉਹ ਕੀ ਕਹਿੰਦੇ ਨੇ 90 ਦੀ ਆ ਜੀ 90 mAh ਖਮੀ ਕੀ ਕਹਿੰਦੇ ਹੁੰਦੇ 90 ਐਂਪੀਅਰ ਦੀ ਆ ਜੀ 90 ਐਂਪੀਅਰ ਦੀ ਬੈਟਰੀ ਇੱਕ ਆ ਜੀ ਤੇ ਦੋ ਹੋ ਗਈਆਂ 180 ਹੈ। ਹਾਂਜੀ 180 ਹੋ ਗਈ ਦੋਨੇ 180 ਹੋ ਗਈਆਂ ਤੇ ਪਰ ਇਹ ਹੈਗਾ 12 ਵੋਲਟ ਹੀ ਆ ਜੀ
ਚਾਰ ਵੋਲਟ ਹੀ ਹੈ ਬਾਰਾਂ ਵੋਲਟ ਹੀ ਹੈ ਬਾਰਾਂ ਵੋਲਟ ਹੀ ਹੈ ਬਾਰਾਂ ਵੋਲਟ ਹੈ ਤੇ ਪਰ ਪਤਾ ਚੱਕਰ ਕੀ ਹੈ ਛੇ ਸਿਲੰਡਰ ਇੰਜਣ ਸੌਖਾ ਗਿਣ ਜਾਂਦਾ ਹਾਂਜੀ ਸੌਖਾ ਗਿਣ ਜਾਂਦਾ ਜੀ ਬਾਕੀ ਕੋਈ ਚੀਜ਼ ਉਹ ਲੱਗੀਆਂ ਨੂੰ ਕੋਈ ਚੀਜ਼ਾਂ ਲੱਗੀਆਂ ਜਿਹ
ਹੋਰ ਦੀਆਂ ਆਪਾਂ ਲਿਆ ਕੇ ਲਾਈਆਂ ਆ ਸ਼ੀਟ ਕਾਦੀ ਸੀ ਆ ਇਹ ਜੀ ਉਹਦੀ ਦੂਜੀ ਡਿਊਟ ਆਉਂਦਾ ਵਾ ਰੈਕਟਰ ਆਪਣਾ ਹਰੇ ਜੇ ਰੰਗ ਚ ਆਉਂਦਾ ਜਿਹੜਾ ਰੈਕਟਰ ਉਹਦੀ ਹੈ ਉਹਦੀ ਸੀਟ ਹੈ ਯਾਰ ਮੈਂ ਤਾਂ ਕਹਿੰਦਾ ਵੀ ਇਹਦੇ ਚ ਸੱਤ ਤੇ ਆ ਬੈਟਰੀ ਦੇ ਆ ਵੀ ਪੁਆਇੰਟ ਪੱਕੇ ਦੇਤੇ ਇੱਥੇ ਹਾਂਜੀ ਇਹ ਫਰੰਟ ਤੇ ਵੀ ਦੇਤੇ ਇਹ ਦੋ ਪੁਆਇੰਟ ਇਹ ਵੀ ਬੈਟਰੀ ਦੇ ਹੀ ਆ ਗਏ ਹਾਂਜੀ ਵੀ ਬੈਟਰੀ ਦੇ ਹੀ ਆ ਗਏ ਵੀ ਜੇ ਬਾਈ ਚਾਂਸ ਆਪਾਂ ਨੂੰ ਕੋਈ ਜੰਪ ਲਵਾਉਣਾ ਪਵੇ ਬੈਟਰੀ ਨੂੰ ਹਾਂਜੀ ਤਾਂ ਉਵੇਂ ਵੀ ਵਰਤ ਸਕਦੇ ਜੀ ਡਾਇਰੈਕਟ ਬੈਟਰੀ ਤੋਂ ਨਹੀਂ ਲਾਉਣ ਦੀ ਲੋੜ ਪੈਂਦੀ ਆਪਾਂ ਨੂੰ ਇੱਥੋਂ ਹੀ ਦਿੱਤਾ ਜਾਊ ਇੱਥੋਂ ਪਲੱਗਾਂ ਚੋਂ ਹੀ ਦਿੱਤਾ ਜਾਊ ਹਾਂਜੀ ਲੈ ਵੀ ਇਹ ਹੋ ਗਿਆ ਤੇ ਤੁਸੀਂ ਇੱਕ ਗੱਲ ਇਹ ਆ ਵੀ ਕੱਲਾ ਨਾ ਤੁਸੀਂ ਇਹ ਮੁੰਡਿਆਂ ਮੋਡੀਫਾਈ ਕਰਦੇ ਆ ਟਰੈਕਟਰ ਆਹ ਬਾਈ ਲਵਪ੍ਰੀਤ ਹੋਣੀ ਟਰੈਕਟਰ ਮੋਡੀਫਾਈ ਕਰਦੇ ਆ ਬਹੁਤ ਮਤਲਬ ਮਾਲਕ ਦੀ ਕਿਰਪਾ ਨਾਲ ਬਹੁਤ ਕੰਮ ਆ ਕਰਦੇ ਆ ਇੰਸਟਾਗ੍ਰਾਮ ਤੇ ਕਿਹੜਾ ਪੇਜ ਆ ਬਾਈ ਆਪਣਾ ਆਪਣਾ ਗੁਰਦੀਪ ਇੰਜ ਵਰਕਸ ਚੜੈਕ ਜੀ ਹਾਂ ਗੁਰਦੀਪ ਗੁਰਦੀਪ ਇੰਜ ਵਰਕਸ ਚੜੈਕ ਬਹੁਤ ਕੰਮ ਆ ਇਹਨਾਂ ਕੋਲੇ ਬਾਈ ਹੋਣਾ ਕੋਲੇ ਤੇ ਆਹ ਟਰੈਕਟਰ ਕੱਲਾ ਹੀ ਨਹੀਂ ਕਿ ਤਿਆਰ ਕੀਤਾ ਹੋਰ ਬਹੁਤ ਟਰੈਕਟਰ ਇਹਨਾਂ ਨੇ ਤਿਆਰ ਕੀਤੇ ਆ ਮਤਲਬ ਜੇ ਤੁਸੀਂ ਇਹਨਾਂ ਦੇ ਇੰਸਟਾਗ੍ਰਾਮ ਪੇਜ ਤੇ ਜਾਓਗੇ ਤਾਂ ਤੁਹਾਨੂੰ ਪਤਾ ਲੱਗੂਗਾ ਆਉਣ ਵਾਲੇ ਦਿਨਾਂ 'ਚ ਯੂਟਿਊਬ ਤੇ ਵੀ ਯੂਟਿਊਬ ਤੇ ਬਣਾ ਲਿਆ ਹਾਂਜੀ ਯੂਟਿਊਬ ਵੀ ਆਪਾਂ ਹਜੇ ਥੋੜਾ ਨਿਊਲੀ ਗਏ ਹਾਂ ਜੋ ਕਹਿੰਦੇ ਨਵੇਂ ਹੀ ਚਲਾਉਣ ਲੱਗੇ ਹਜੇ ਤੇ ਆ ਜੋ ਮਾੜਾ ਜਿਹਾ ਤਾਂਹਾਂ ਵਾਲੇ ਪਾਸੇ ਆਪਾਂ ਫੰਕਸ਼ਨ ਦੇਖ ਲਈਏ ਤਾਂਹਾਂ ਵਾਲੇ ਪਾਸੇ ਹਾਂਜੀ ਪਰ ਚੱਲਦੇ ਆ ਬਾਈ ਮੈਂ ਨਾ ਇੱਕ ਚੀਜ਼ ਮੈਂ ਤੁਹਾਨੂੰ ਕਮਾਲ ਦੀ ਦੱਸਦਾ ਕਿ ਇਹਦੇ ਇੱਕ ਇੱਕ ਚੀਜ਼ ਤੇ ਧਿਆਨ ਦਿੱਤਾ ਮਤਲਬ ਯਾਰ ਕੋਈ ਇਹੋ ਜਿਹੀ ਤੁਸੀਂ ਟਰੈਕਟਰ ਦੇ ਉੱਪਰ ਕੋਈ ਚੀਜ਼ ਨਹੀਂ ਵੇਖੋਗੇ ਜਦੋਂ ਹੁਣ ਮੈਂ ਅਗਲੀ ਵੀਡੀਓ ਸ਼ੁਰੂ ਕਰਨ ਲੱਗਿਆ ਨਾ ਹੁਣ ਇਸ ਤੋਂ ਅਗਲਾ ਪਾਰਟ ਤਾਂ ਤੁਸੀਂ ਮੈਂ ਉਸ ਚੀਜ਼ ਵੱਲ ਆਊਂਗਾ ਜਿਹੜੀ ਮੈਂ ਪਹਿਲਾਂ ਕਹੀ ਆ ਕਿ ਕੰਪਨੀਆਂ ਇੰਨੇ ਫੰਕਸ਼ਨ ਨਹੀਂ ਲਾ ਸਕਦੀਆਂ ਕੰਪਨੀਆਂ ਇੱਕ ਇੱਕ ਚੀਜ਼ 'ਤੇ ਧਿਆਨ ਨਹੀਂ ਦਿੰਦੀਆਂ ਕੰਪਨੀਆਂ ਜੇ ਚੀਜ਼ 'ਤੇ ਦਿੰਦੀਆਂ ਤਾਂ ਕਿਸੇ ਇੱਕ ਜਾਂ ਦੋ ਚੀਜ਼ਾਂ 'ਤੇ ਧਿਆਨ ਦਿੰਦੀਆਂ ਹੁੰਦੀਆਂ ਜੇ ਇਹ ਮੁੰਡਿਆਂ ਨੇ ਯਾਰ ਸਭ ਕੰਪਨੀਆਂ ਨੂੰ ਇਸ ਗੱਲੋਂ ਪਿੱਛੇ ਛੱਡਤਾ ਵੀ ਇੱਕ ਇੱਕ ਚੀਜ਼ 'ਤੇ ਧਿਆਨ ਦਿੱਤਾ ਇਹਨਾਂ ਨੇ ਇੱਕ ਇੱਕ ਚੀਜ਼ ਕੀਤੀ ਆ ਜਿੱਥੇ ਇਹਨਾਂ ਨੂੰ ਲੱਗਿਆ ਕਿ ਇੱਥੇ ਆਹ ਕੀਤਾ ਜਾ ਸਕਦਾ ਇੱਥੋਂ ਇਹਨੂੰ ਸਵਾਰਿਆ ਜਾ ਸਕਦਾ ਉੱਥੇ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਇੱਥੋਂ ਮੁੱਢ 'ਚੋਂ ਪੌੜੀਆਂ ਤੋਂ ਸਟਾਰਟ ਕਰਦਾ ਪੌੜੀਆਂ ਐਂ ਵੀ ਲਾਈਆਂ ਜਾ ਸਕਦੀਆਂ ਸੀ ਲੱਗੀਆਂ ਸੀ ਸੋਹਣੀਆਂ ਬਾਈ ਇਹ ਬੰਦ ਕਿਵੇਂ ਹੁੰਦੀਆਂ ਦਿਖਾਇਓ ਮੈਨੂੰ ਪੌੜੀਆਂ ਤਾਂ ਉੱਪਰ ਨੂੰ ਹੋ ਜਾਂਦੀ ਹੈ ਇਹ ਲਓ ਜੀ ਹਾਂ ਇਹਨੂੰ ਐਵੇਂ ਵੀ ਕਰਤਾ ਕਮਾਂਡ ਟਾਈਪ ਹੋ ਗਈ ਹੈ ਜੀ ਤੇ ਇਦਾਂ ਇਹ ਦੋਨੇ ਤਿੰਨ ਇਕੱਠੇ ਹੋ ਜਾਂਦੇ ਲਓ ਜੀ ਪੌੜੀਆਂ ਨੂੰ ਐਵੇਂ ਵੀ ਬੰਦ ਕਰਤਾ ਹਾਲਾਂਕਿ ਤਾਂ ਰੱਖੀਆਂ ਵੀ ਇਹ ਖੁੱਲਣ ਨਾ ਟਾਈਟ ਤਾਂ ਰੱਖੀਆਂ ਕਿ ਮਤਲਬ ਬਿਨਾ ਮਤਲਬ ਤੋਂ ਜਾਂ ਹਾਂ ਖੁੱਲਣ ਨਾ ਪਰ ਕਮਾਲ ਦੀ ਗੱਲ ਇਹ ਆ ਵੀ ਇਹਨਾਂ ਨੂੰ ਐਵੇਂ ਵੀ ਕੀਤਾ ਵੀ ਇਹਨਾਂ ਜਦੋਂ ਮੋਡੀਫਾਈ ਕਰਨ ਤੇ ਹੀ ਆ ਗਏ ਤਾਂ ਮਤਲਬ ਪੌੜੀਆਂ 'ਤੇ ਵੀ ਘੱਟੋ ਘੱਟ ਤਿੰਨ ਫੰਕਸ਼ਨ ਆ ਜਿਹੜੇ ਉਹ ਲਾਤੇ ਆ ਹੁਣ ਆਪਾਂ ਇਦੋਂ ਉੱਪਰ ਚੱਲਦੇ ਹਾਂ ਆ ਜਾ ਬਾਈ ਤਾਂ ਆ ਜਾ ਆ ਜਾ ਬਾਈ ਆ ਗਿਆ ਬਾਈ ਫਾਇਰ ਬ੍ਰਿਗੇਡ ਵਾਲਾ ਹਾਂਜੀ ਇਹ ਕਿੱਥੋਂ ਲਿਆਂਦਾ ਇਹ ਬਾਹਰੋਂ ਹੀ ਆਇਆ ਬਾਈ ਨੇ ਭੇਜਿਆ ਇਹ ਬਾਈ ਨੇ ਭੋਲੇ ਨੇ ਕੋਕਰੀ ਵਾਲੇ ਨੇ ਭੇਜਿਆ ਉਹਨਾਂ ਨੇ ਭੇਜਿਆ ਤੇ ਇਹ ਇੱਕ 에ਅਰ ਕਲੀਨਰ ਇੱਧਰ ਆ ਗਿਆ ਇਹ ਜੀ ਡਬਲ ਹੋ ਗਿਆ 에ਅਰ ਕਲੀਨਰ ਇਹ ਨਾਟ ਗੈਰਾਂ ਦਾ ਜੀ ਇਹ ਨਾਟ ਗੈਰਾਂ ਵਾਲਾ ਇਹਦੇ ਵਿੱਚੋਂ ਪਹਿਲਾਂ ਇਹਦੇ ਜਾਊਗੀ ਜੀ ਫਿਰ ਉੱਧਰ ਜਾਊਗੀ ਤੇ ਫਿਰ ਇੰਜਨ ਤੱਕ ਜਾਊਗੀ ਤੇ ਆ ਜਾ ਬਾਈ ਸਾਨੂੰ ਚਲਾਉਣਾ ਵੀ ਸਿਖਾ ਆ ਜਾ ਤਾਂਹਾਂ ਆ ਜਾ ਉੱਪਰ ਆ ਜਾਓ ਉੱਪਰ ਆ ਕੇ ਤੇ ਮੈਂ ਬਈ ਨਾ ਪਰਲੀ ਸੀਟ ਤੇ ਪ੍ਰੀਤ ਤੂੰ ਵੀ ਚੜਿਆ ਮੱਲਾ ਉੱਤੇ ਆ ਲੈ ਆ ਗਈ ਇੱਕ ਆ ਸੀਟ ਕੋ ਪਾਇਲਟ ਸੀਟ ਆ ਗਈ ਵੀ ਨਾਲ ਬੰਦਾ ਜਿਹੜਾ ਪਾਇਲਟ ਆ ਉਹ ਬੈਠੂਗਾ ਪ੍ਰੀਤ ਮਾੜਾ ਜਿਹਾ ਪਹਿਲਾਂ ਆ ਕੇ ਨਾ ਲੀਵਰ ਦਿਖਾ ਮਾੜਾ ਬੰਦਾ ਤਾਂ ਨਾ ਦੇਖ ਕੇ ਲੀਵਰ ਆ ਦੇਖੋ 1 2 3 4 5 6 7 8 9 ਜੇ ਮੇਰੇ ਨੇੜੇ ਨੇੜੇ ਲੀਵਰਾਂ ਦੀ ਗੱਲ ਕਰੋ 10 10 11 ਠੀਕ ਹੈ ਜੀ ਤੇ 12 ਤੇ ਇਧਰਲੇ ਪਾਸੇ 3 4 ਹੋ ਗਏ 3 4 ਇਧਰਲੇ ਪਾਸੇ ਆ ਵੀ ਘੱਟੋ ਘੱਟ 20 25 ਤਾਂ ਇਹਦੇ ਲੀਵਰ ਹੀ ਲਾਏ ਪਏ ਆ ਪਤਾ ਨਹੀਂ ਕਿਵੇਂ ਇਹਨੂੰ ਮੈਨੇਜ ਕੀਤਾ ਕਿਵੇਂ ਕਿਹੜੀ ਚੀਜ਼ ਦੀ ਬਾਈ ਪਹਿਲਾਂ ਮੈਨੂੰ ਆਉਂਦਾ ਸੀ ਵੀ ਜਿੰਨੇ ਲੀਵਰ ਲਾਏ ਆ ਇਹ ਸਾਰੇ ਕੰਮ ਕਰਦੇ ਆ ਇਹ ਹਾਂਜੀ ਬਿਲਕੁਲ ਸਾਰੇ ਕੰਮ ਕਰਦੇ ਆ ਸਾਰਿਆਂ ਤੋਂ ਕੰਮ ਲਿਆ ਕੱਲੇ ਕੱਲੇ ਨੂੰ ਫੰਕਸ਼ਨ ਨੂੰ ਕੱਲੇ ਕੱਲੇ ਥਾਂ ਭੇਜਿਆ ਹਾਂਜੀ ਸਾਰੇ ਸਾਰੇ ਕੰਮ ਕਰਦੇ ਇਹ ਟੋਟਲ ਕੰਮ ਕਰਦੇ ਆ ਹਾਂਜੀ ਆਹ ਹੋ ਗਿਆ ਮੋਟਾ ਜਿਹਾ ਹਿਸਾਬ ਲਾਵਾਂ ਮੈਂ ਤੇ ਆਹ ਤਾਂ ਗੇਅਰ ਲੀਵਰ ਹੋ ਗਿਆ ਗੇਅਰ ਲੀਵਰ ਹੋ ਗਿਆ ਜੀ ਆਹ ਹੋ ਗਿਆ 3 ਸਪੀਡ ਵਾਲਾ 3 ਸਪੀਡ ਵਾਲਾ ਜੀ 3 ਸਪੀਡ ਵਾਲਾ ਆਹ ਹੋ ਗਿਆ ਹਾਈ ਲੋ ਇਹ ਫੇਰ ਹੋ ਗਿਆ ਜੀ ਇੱਕ ਹਾਈ ਲੋ ਆ ਗਿਆ ਇਹ ਮੇਨ ਆ ਜੀ ਠੀਕ ਆ ਸਾਰੇ ਆਹ 3 ਕਾਦੇ ਵਾਸਤੇ ਲਾਏ ਆ ਆਹ 3 ਇਹ 3 ਡਿਸਟ੍ਰੀਬਿਊਟਰ ਹੀ ਤੰਨੇ 1 2 3 ਇਹ 3 ਮਗਰ ਜਿਹੜੀ ਜਾਂਦੀ ਪਾਵਰ ਹਾਂਜੀ ਆਹ ਫਰੰਟ ਵਾਲੇ ਹੋਏ ਜੀ
ਦੋ ਹੋਰ ਹੋ ਗਏ। ਅੱਛਾ ਆ ਫਰੰਟ ਵਾਲੇ ਇਹਦਾ ਰੈਂਡਾ ਵਾਲੀ ਬਣਾਉਣਾ। ਬੱਲੇ 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 ਇਹ ਬਾਅਦ ਚ ਐਡ ਕੀਤੇ ਆ, ਦੋ ਇਹ ਐਡ ਕੀਤੇ ਆ, ਇੱਕ ਆ ਐਡ ਕੀਤਾ ਜੀ। ਆ ਪਹਿਲਾਂ ਸੀਗੇ, ਆ ਤਾਂ ਸਾਰੇ ਸੀਗੇ ਇਹ ਸੀਗੇ ਸੀਗੇ ਤੇ ਆ ਵੀ ਐਡ ਕੀਤਾ, ਆ ਵੀ ਐਡ ਕੀਤਾ, ਆ ਦੋ ਐਡ ਹੋਰ ਕੀਤੇ ਤੇ ਆ ਆ ਆ ਕਾਦੇ ਵਾਸਤੇ ਐਡ ਕੀਤਾ ਇਹ ਜੀ? ਮਗਰ ਕੋਸਟਾ ਮਗਰ ਹੈਗੇ ਜਿਹੜੇ ਪਲੱਗ ਆਪਣੇ ਕੋਸ ਫਰੰਟ ਤੇ ਆ ਗਏ ਉਹ ਆ ਦੋ ਹੀ ਆ। ਮੈਨੂੰ ਸ਼ੱਕ ਪੈਂਦੀ ਆ ਇਹ ਚਾਰ ਲੀਵਰਾਂ ਦਾ ਕੰਮ ਕਰੂਗਾ, ਇਹ ਚਾਰ ਸਪੇਰੇ ਕੰਮ ਕਰਦੇ ਇਦਾਂ ਜੇਸੀਬੀ ਦਾ ਨਹੀਂ ਹੁੰਦਾ ਜਿੱਦਾਂ ਜੇਸੀਬੀ ਵਾਂਗੂ। ਇਹ ਅਸਲ ਦੇ ਵਿੱਚ ਆਪਾਂ ਇਹ ਕਹਿ ਲਈਏ ਵੀ ਇਹ ਇੱਕ ਲੀਵਰ ਨਹੀਂ, ਇਹ ਚਾਰ ਲੀਵਰ ਆ। ਇਹਨੂੰ ਬੰਦ ਕਰਨ ਵਾਸਤੇ ਆ ਲੌਕ ਵੀ ਦਿੱਤਾ ਹੋਇਆ ਇੱਥੇ, ਇਹ ਫਿਰ ਹਿੱਲੂਗਾ ਨਹੀਂ। ਠੀਕ ਹੈ, ਜਿੱਥੇ ਖੜਿਆ ਤਾਂ ਉੱਥੇ ਖੜਾ ਰਹੂਗਾ। ਹਾਂਜੀ ਪੈਨ ਪੈ ਜਾਂਦੀ ਇਹ, ਆ ਹੋ ਗਿਆ ਲੌਕ ਹੋ ਗਿਆ, ਇਹ ਲੌਕ ਹੋ ਗਿਆ ਤੇ ਆ ਆ ਗਈ ਸੋਲਿਸ ਵਾਲੀ, ਸੋਲਿਸ ਟਾਈਪ ਲਿਫਟ ਲਿਫਟ ਦਾ ਹੋ ਗਿਆ ਜੀ। ਇਹ ਇਹ ਵੀ ਆਪਾਂ ਮਗਰੋਂ ਆਪ ਲਾਇਆ। ਹਾਂਜੀ ਇਹ ਕੰਟਰੋਲਰ ਜਿਹੜਾ ਜੀ ਇਹ ਜਿਵੇਂ ਨਾਲ ਹੀ ਹੋ ਗਿਆ ਜੀ ਇਹਦਾ। ਤੇ ਇਹ ਜਿਹੜੀ ਹੈਗੀ ਆ ਇਲੈਕਟ੍ਰੋਨਿਕ ਆ ਲੈਫਟ ਸਾਰੀ, ਇੱਥੋਂ ਆਨ ਹੋ ਜਾਂਦੀ ਇਹ ਜੀ, ਇੱਥੋਂ ਲੈਫਟ ਆਨ ਹੋ ਗਈ, ਆਨ ਹੋ ਗਈ। ਇਹਦੇ ਵਿੱਚ ਕਿੰਨੇ ਫੰਕਸ਼ਨ? ਹਾਂਜੀ ਇਹ 'ਚ ਮੇਨ ਮੈਨਿਊ ਦੇ ਵਿੱਚ ਜਿਹੜੀ ਲੈਫਟ ਆ ਜਿਹੜੀ ਜੀ, ਆਪਾਂ ਇਹਦੀ ਸਪੀਡ ਵਧਾ ਘਟਾ ਵੀ ਸਕਦੇ ਹਾਂ ਵੀ ਲੈਫਟ ਦੇ ਚੱਕਣ ਦੀ ਤੇਜ਼ੀ, ਤੇਜ਼ੀ ਵੀ ਹੌਲੀ ਡਾਉਨ ਦੀ ਵੀ। ਹਾਂ ਤੇ ਇੱਕ ਇੱਥੇ ਇਹਦੇ ਉੱਪਰ ਹੀ ਦੱਸ ਦੂਗਾ ਵੀ ਇਹ ਕਿੰਨੀ ਜਿਹੜੀ ਧਰਤੀ ਤੋਂ ਉੱਪਰ ਉੱਠੀ ਹੋਈ ਆ ਲੈਫਟ। ਆਪਾਂ ਨੂੰ ਮਗਰ ਦੇਖਣ ਜਿਹੜੇ ਬੰਦਾ ਮਤਲਬ ਡੇਲੀ ਚਲਾਉਣਾ ਲੈਟਰ, ਉਹਨੂੰ ਇੰਨਾ ਪਤਾ ਹੋਊਗਾ ਵੀ ਮੇਰੀ ਲੈਫਟ ਕਿੰਨੀ ਉੱਠੀ ਹੋਈ ਹੈ ਧਰਤੀ ਤੋਂ। ਅੱਛਾ ਇੱਥੇ ਦੱਸ ਦੂਗਾ, ਇੱਥੇ ਦੱਸ ਦੂਗਾ, ਮਗਰ ਦੇਖਣ ਦੀ ਲੋੜ ਨਹੀਂ, ਮਗਰ ਦੇਖਣ ਦੀ ਲੋੜ ਨਹੀਂ ਹਲ ਕਿੰਨੇ ਲੱਗ ਰਹੇ ਆ ਹਾਂਜੀ ਜਾਂ ਕਿਹੜੀ ਚੀਜ਼ ਕਿੰਨੀ ਲੱਗ ਰਹੀ ਆ ਉਹ ਇੱਥੇ ਪਤਾ ਲੱਗ ਜੂਗਾ, ਇੱਥੇ ਲੱਗ ਜੂਗਾ। ਹਾਂਜੀ ਇੱਥੇ ਪਤਾ ਲੱਗ ਜੂਗਾ, ਇਹ ਅਪ ਡਾਊਨ ਵਾਲੀ ਹੋ ਗਈ ਸੋਚੀ ਜਿਹਦੀ। ਅੱਛਾ ਇਹ ਅਪ ਡਾਊਨ ਹੋ ਗਈ, ਇਹਦੇ ਤੋਂ ਫੰਕਸ਼ਨ ਬਦਲੇ ਜਾਂਦੇ ਸਾਰੇ, ਆ ਬੈਕ ਹੋ ਗਿਆ ਆ ਬੈਕ ਬਟਨ ਹੋ ਗਿਆ, ਆ ਮੈਨੂ ਹੋ ਗਿਆ ਜੀ ਮੈਨੂ, ਇਹਦੇ ਤੋਂ ਚੇਂਜ ਹੁੰਦੇ ਆ ਇਦਾਂ ਮੋਬਾਈਲ ਵਾਲਾ ਹਿਸਾਬ ਹੀ, ਮੋਬਾਈਲ ਵਾਲਾ ਹਿਸਾਬ ਹੀ, ਜਿੰਨੇ ਮੋਬਾਈਲ 'ਚ ਫੰਕਸ਼ਨ ਆ ਉਨੇ ਇਹਦੇ ਵਿੱਚ ਫੰਕਸ਼ਨ। ਹਾਂਜੀ ਹਾਂਜੀ ਜੇ ਇਕੱਲੇ ਇਕੱਲੇ ਫੰਕਸ਼ਨ ਤੇ ਮੇਰੇ ਹਿਸਾਬ ਨਾਲ ਟਾਈਮ ਬਹੁਤ ਲੱਗ ਜੂਗਾ ਹਨਾ। ਆ ਇੰਡੀਕੇਟਰ ਵਾਲੀ ਸਵਿੱਚ ਹੋ ਗਈ ਜੀ ਜੀ, ਤੇ ਆਹਾ ਆ ਹੋ ਗਈਆਂ ਜੀ ਫਰੰਟ ਲਾਈਟਾਂ, ਬੈਕ ਲਾਈਟਾਂ ਹੋ ਗਈਆਂ ਤੇ ਕੁਛ ਜਿਹੜੀਆਂ ਹੋਰ ਲਾਈਟਾਂ ਜਿਵੇਂ ਕਹਿ ਦਈਏ ਇਹਦੇ 'ਚ ਐਡ ਕੀਤਾ ਵਾ ਉਹਨਾਂ ਦੀਆਂ ਸਵਿੱਚਾਂ। ਇਹ ਚਾਬੀ ਇੱਦਾਂ ਲਾਉਣੀ ਆਪਾਂ ਜਦੋਂ ਸਟਾਰਟ ਕਰਨਾ ਇਨਵਰਟਰ ਨੂੰ, ਇੱਦਾਂ ਚਾਬੀ ਲਾ ਕੇ ਇੱਥੋਂ ਸਟਾਰਟ ਹੋਊਗਾ, ਫਿਰ ਪੁਸ਼ ਬਟਨ, ਪੁਸ਼ ਬਟਨ ਕੀਤਾ ਵੀ ਸਿੱਧਾ ਕੋਈ ਸਟਾਰਟ ਨਾ ਕਰੇ। ਇੱਕ ਆ ਛਤਰੀ ਤੇ ਡੈਕ ਡੁੱਕ, ਇਹ ਇਹ ਕਿੱਥੋਂ ਲਵਾਇਆ ਕਿ ਤੁਸੀਂ ਛਤਰੀ ਛਤਰੀ ਆਪ ਲਾਉਂਦੇ? ਇਹ ਸਾਰਾ ਹੀ ਆਪਾਂ ਹੀ ਤਿਆਰ ਕਰਦੇ ਹਾਂ ਛਤਰੀ ਤੁਸੀਂ ਆਪ। ਛਤਰੀ ਦੀ ਵੈਸੇ ਤੁਹਾਡੀ ਦੀ ਮੰਗ ਬਹੁਤ ਜ਼ਿਆਦਾ ਹੈ ਹਨਾ, ਜਿਹੜੇ ਮਿੱਤਰ ਜਾਣਦੇ ਆ ਉਹ ਤਾਂ ਜਾਣਦੇ ਆ ਚੜੈਕ ਵਾਲਿਆਂ ਕੋਲੇ ਟਰੈਕਟਰ, ਇੱਕ ਦੋ ਟਰੈਕਟਰ ਤਾਂ ਛਤਰੀਆਂ ਵਾਲੇ ਹਮੇਸ਼ਾ ਖੜੇ ਰਹਿੰਦੇ ਆ। ਮੈਂ ਜਦੋਂ ਵੀ ਆਉਂਦਾ ਛਤਰੀ ਵਾਲੇ ਟਰੈਕਟਰ ਹਮੇਸ਼ਾ ਖੜੇ ਰਹਿੰਦੇ ਹੁੰਦੇ ਆ, ਛਤਰੀ ਬਹੁਤ ਸੋਹਣੀ ਬਣਾਉਂਦੇ ਆ। ਜਿਹੜੇ ਸੱਜਣ ਨੇ ਮਗਰਲੇ ਪਾਸੇ ਡੈੱਕ ਨਹੀਂ ਲਵਾਉਣਾ, ਕਿਉਂਕਿ ਮਗਰਲੇ ਪਾਸੇ ਦਾਣੇ ਪਾਉਣ ਵੇਲੇ ਵੀ ਡੈੱਕ ਪਰੇਸ਼ਾਨ ਕਰਦਾ ਕਈਆਂ ਨੂੰ, ਅਤੇ ਕਈ ਬੰਦਿਆਂ ਨੂੰ ਮਤਲਬ ਵਾਹੁਣ ਵੇਲੇ ਵੀ ਪਰੇਸ਼ਾਨ ਕਰਦਾ, ਟਰਾਲੀ ਬੈਕ ਲਾਉਣ ਵੇਲੇ ਵੀ ਪਰੇਸ਼ਾਨ ਕਰਦਾ। ਉਹ ਸੱਜਣ ਇਕੱਲਾ ਉੱਪਰਲਾ ਉੱਪਰ ਵੀ ਲੱਗ ਸਕਦਾ ਡੈੱਕ ਵਰਤ ਸਕਦੇ ਆ, ਅਤੇ ਉੱਪਰ ਵੀ ਜੇ ਉੱਪਰ ਇਕੱਲਾ ਉੱਪਰ ਛਤਰੀ ਜਲਵਾਉਂ ਤਾਂ ਉੱਪਰ ਵੀ ਬੂਫਰ ਵਾਲਾ ਲਾ ਦਿੰਦੇ ਆ। ਨਹੀਂ ਉੱਪਰ ਬੂਫਰ ਨੇ ਮਤਲਬ ਬੂਫਰ ਥੋੜਾ ਜਿਹਾ ਬੇਸ ਜ਼ਿਆਦਾ ਹੁੰਦੀ ਨਾ ਬੂਫਰਾਂ ਦੀ। ਅੱਛਾ ਤੇ ਇੱਥੇ ਥੋੜਾ ਜਿਹਾ ਵੱਡੇ 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 ਲਾ ਦਿੰਦੇ ਛਤਰੀ, ਮਤਲਬ ਕੰਬਣ ਲੱਗ ਜਾਂਦੀ ਵਾਈਬ੍ਰੇਟ ਕਰਦੀ ਹੈ। ਠੀਕ ਹੈ ਠੀਕ ਹੈ, ਤਾਂ ਕਰਕੇ ਬਾਕੀ ਇਹਦੀਆਂ ਆਹ ਸੁੱਚਾਂ ਦਿੱਤੀਆਂ ਛਤਰੀ ਦੀਆਂ ਉੱਪਰ ਹੀ ਦਿੱਤੀਆਂ ਇੱਥੋਂ ਇਹ ਜਗਣਗੀਆਂ, ਆਹ ਸਾਈਡਾਂ ਲਾਈਟਾਂ ਲੁਟਾਂ ਵਗੈਰਾ ਇੱਥੋਂ ਹੋ ਗਈਆਂ। ਇਹਦੇ 'ਚ ਫਿਊਜ਼ ਲਾਇਆ ਵਾ, ਇਹਦੇ ਵਿੱਚ ਫਿਊਜ਼ ਲਾਇਆ, ਜੇ ਬਾਈ ਚਾਂਸ ਕੋਈ ਲੋਡ ਲੜ ਪਿਆ ਕੋਈ ਤਾਰ ਜੁੜੀ ਤਾਂ ਇਹ ਤਾਂ ਫਿਊਜ਼ ਉੱਡ ਜੂਗਾ, ਛਤਰੀ ਨੂੰ ਕੋਈ ਅੱਗ ਉੱਗ ਲੱਗਣ ਦਾ ਚਾਂਸ ਨਹੀਂ ਹੋਊਗਾ ਕੋਈ। ਹਰ ਚੀਜ਼ ਦਾ ਧਿਆਨ ਰੱਖਿਆ। ਤੇ ਆਹ ਜਿਹੜੇ ਪਿੱਤਲ ਜੇ ਦੇ ਆ ਇਹ ਸਾਰੇ ਨਾਲ ਦੇ ਹੀ ਇੱਥੇ ਲਾਏ ਪਏ ਆ, ਇਹ ਸਾਰੇ ਜੀ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਇਹ ਨਾਲ ਹੀ ਇਹ ਸ਼ੋਅ ਦੇ 1969 ਮਾਡਲ ਦੇ ਜੀ। ਬਸ ਇੱਕ ਇੱਧਰ ਲੱਗਿਆ ਹੋਇਆ, ਇੱਧਰ ਲੱਗਾ, ਹਾਂਜੀ ਇੱਕ ਇੱਧਰ ਲੱਗਿਆ ਹੋਇਆ, ਆਹ ਦੇਖ ਫਰੀ ਤੂੰ, ਹਾਂ ਇੱਕ ਆਹ ਦੇਖੋ ਇੱਧਰ ਲੱਗਿਆ। ਇਹ ਜੀ ਵੇਖਿਆ ਇਹ ਵੀ ਇੰਗਲਿਸ਼ ਨਹੀਂ ਗੀ ਭਾਸ਼ਾ, ਕੋਈ ਹੋਰ ਲਿਖੀ ਹੈ ਜੀ ਬਾਈ। ਕੰਮ ਕਰ ਰਹੇ ਆ, ਉਦੋਂ ਬਾਅਦ ਪੁੱਛ ਲਈ ਮੇਰਾ ਭਰਾ ਬਣ ਕੇ, ਕੋਈ ਗੱਲ ਨੀ ਕੰਮ ਕਰ ਰਹੇ ਆ, ਲੈ ਆਜੋ ਬਈ ਥੱਲੇ ਆਜੋ। ਤੇ ਮੈਂ ਤੁਹਾਨੂੰ ਮੈਂ ਫੇਰ ਬੇਨਤੀ ਕਰਦਾ ਇੱਕ ਸੱਜਣੋ ਵੀ ਇੱਕ ਤਾਂ ਮੁੰਡਿਆਂ ਨੇ ਆਪਣੇ ਪਿੰਡਾਂ ਵਾਲਿਆਂ ਨੇ ਆਹ ਲੀਵਰ ਰਹਿ ਗਿਆ ਆਪਣੇ ਕੋਲ, ਕਮਾਲ ਦੀ ਚੀਜ਼ ਤਿਆਰ ਕੀਤੀ, ਕਿਹੜਾ ਰਹਿ ਗਿਆ ਦਿਖਾਈ ਮੈਨੂੰ, ਇਹ ਕਿਹੜਾ ਰਹਿ ਗਿਆ? ਆਹ ਲੀਵਰ ਰਹਿ ਗਿਆ ਆਪਣੇ, ਇਹ ਰਿਵਰਸ ਫਾਰਵਰਡ ਹੋ ਗਿਆ ਜੀ। ਹਾਂ ਆਹ ਰਿਵਰਸ ਫਾਰਵਰਡ ਹੋ ਗਈ ਪੀਟੀਓ ਨਾ, ਸਾਰੇ ਗੇਰਾਂ ਜੀ ਨਾ ਅੱਗੇ ਪਿੱਛੇ ਭੱਜਣ ਨੂੰ। ਹਾਂ ਮੈਂ ਸਮਝ ਗਿਆ, ਜਿੰਨਾ ਅੱਗੇ ਜਾਂਦਾ ਉਨਾ ਹੀ ਬੈਕ ਜਾਂਦਾ, ਸਾਰੇ ਚੇਂਜਰ ਹੋ ਗਏ, ਚੇਂਜਰ ਹੋ ਗਏ। ਹਾਂ ਆਹ ਇਹਦਾ ਹੋ ਗਿਆ ਹੈਂਡ ਬ੍ਰੇਕ ਜੀ, ਇਹ ਹੋ ਗਏ ਇਹਦੇ ਹੈਂਡ ਬ੍ਰੇਕ, ਆਹ ਪੀਟੀਓ ਕਲੱਚ ਹੋ ਗਏ। ਅੱਛਾ ਇਹ ਪੀਟੀਓ ਦਾ ਕਲੱਚ ਇਹਦਾ ਅਲੱਗ ਆ? ਹਾਂਜੀ ਆਹ ਦੋ ਆਹ ਵੀ ਪੀਟੀਓ ਦਾ ਆ ਗਿਆ ਜੀ। ਇਹ ਪੀਟੀਓ ਬੈਕ ਆ ਬਾਈ, ਬੈਕ ਵੀ ਚੱਲੂਗੀ ਗਾਂਹ ਨੂੰ ਵੀ ਚੱਲੂਗੀ, ਰਿਵਰਸ ਫਾਰਵਰਡ ਹੀ ਹੋ ਗਈ। ਆਹ ਵੀ ਪੀਟੀਓ ਦਾ ਹੀ ਹੈ ਜੀ।
ਇੰਨੇ ਲੀਵਰਾਂ ਦੀ ਹਜੇ ਜਾਣਕਾਰੀ ਹੈ ਜਿਹੜੀ ਉਹ ਦੇਣ ਵਾਲੀ ਫਸਟ ਏਡ ਬਾਕਸ ਵੀ ਲਾਤਾ ਕਮਾਲ ਦੀ ਗੱਲ ਆ ਯਾਰ ਥਾਂ ਥਾਂ ਲਾਤੇ ਯਾਰ ਆ ਸਾਰੇ ਹਾਂਜੀ ਸਾਰੇ ਬਾਈਲਾਰਸ ਦੇ ਰਹਿਣ ਵਾਲੀ ਹੈ ਜੀ ਜਿੱਥੇ ਵੀ ਤੁਸੀਂ ਦੇਖੋਗੇ ਤੁਹਾਨੂੰ ਬਾਈ ਲਾਰਸ ਵਾਲਿਆਂ ਨੇ ਤਾਂ ਯਾਰ ਹੁਣ ਇੱਕ ਗੱਲ ਆ ਵੀ ਬਾਈ ਲਾਰਸ ਵਾਲਿਆਂ ਨੇ ਆਹ ਚੀਜ਼ਾਂ ਕਿੰਨੀਆਂ ਦਿੱਤੀਆਂ ਸੀ ਨਾਲ ਹਨਾ ਬਾਈ ਹਾਂਜੀ ਹਾਂਜੀ ਹੌਲੀ ਹੌਲੀ ਕੰਪਨੀਆਂ ਕਿਰਸ ਕਰਨ ਲੱਗ ਗਈਆਂ ਲੈ ਕਿੰਨਾ ਤਾਂ 3 ਕਿਲੋ ਦਾ ਪਿੱਤਲ ਲਾਇਆ ਪਿਆ ਸੀਗਾ ਹਨਾ ਬਾਈ ਲਾਰਸ ਦੇ ਨਾਲ ਪਹਿਲਾਂ ਤੇ ਪਰ ਮੈਨੂੰ ਇੰਨਾ ਪਤਾ ਵੀ ਉਦੋਂ ਭੋਲੇ ਨੇ ਜਮਾ ਕਿਰਸ ਨੀ ਕੀਤੀ ਕੰਪਨੀਆਂ ਕਰਨ ਲੱਗ ਗਈਆਂ ਬਿਲਕੁਲ ਹਨਾ ਭੋਲੇ ਨੇ ਕਮਾਲ ਕਰਤੀ ਆ ਲੈ ਵੀ ਬਾਈ ਭੋਲਿਆ ਤੈਨੂੰ ਮੁਬਾਰਕਾਂ ਬਹੁਤ ਬਹੁਤ ਟਰੈਕਟਰ ਬਹੁਤ ਚੰਗਾ ਤਿਆਰ ਹੋ ਗਿਆ ਪ੍ਰੀਤ ਇੱਧਰ ਨੂੰ ਮਾੜੀ ਜਿਹੀ ਨਿਗਾਹ ਮਾਰੀ ਸਾਰੇ ਸੱਜਣ ਖੜੇ ਆ ਬਈ ਗੱਲ ਇਉਂ ਆ ਜਦੋਂ ਵੀ ਟਰੈਕਟਰ ਬਾਹਰ ਨਿਕਲਦਾ ਤਾਂ 10-20 ਬੰਦੇ ਇਹਦੇ ਨਾਲ ਫੋਟੋ ਖਿਚਾਉਣ ਆ ਜਾਂਦੇ ਆ ਤੇ ਕਿੰਨਾ ਕੁ ਇਕੱਠ ਹੋ ਜਾਂਦਾ ਜਦੋਂ ਉੱਥੇ ਵਰਕਸ਼ਾਪ ਤੇ ਬਾਈ ਫੈਮਿਲੀ ਜਾ ਰਹੀ ਸੀਗੀ ਤੇ ਉਹ ਫੈਮਿਲੀ ਸਾਰੀ ਰੁਕੀ ਕੁੜੀਆਂ ਵੀ ਸੀ ਉਹਦੇ ਵਿੱਚ ਸਾਰੇ ਜਾਣੇ ਟਰੈਕਟਰ ਦੇਖ ਕੇ ਗਏ ਮਤਲਬ ਜਿਹੜੀ ਚੰਗੀ ਚੀਜ਼ ਬਣੀ ਆ ਹਰੇਕ ਬੰਦਾ ਐਪਰੀਸ਼ੀਏਟ ਕਰਦਾ ਹਨਾ ਕਮਾਲ ਦੀ ਗੱਲ ਇਹ ਆ ਤੇ ਬਈ ਪਿੰਡਾਂ ਵਾਲਿਆਂ ਨੇ ਆਪਣੇ ਨਾ ਪਿੰਡਾਂ ਵਾਲੇ ਜਵਾਕਾਂ ਨੇ ਮਿਹਨਤ ਕੀਤੀ ਆ ਬਹੁਤ ਸੋਹਣਾ ਕੰਮ ਕਰਦੇ ਆ ਬਈ ਆਹ ਰੰਗ ਆ ਜਿਹੜਾ ਇਹ ਤੁਸੀਂ ਆਪ ਹੀ ਕਰਦੇ ਆ ਹਾਂਜੀ ਰੰਗ ਦੀ ਮਤਲਬ ਤੁਹਾਡੀ ਜਿਹੜੀ ਮੈਨੂੰ ਸਭ ਤੋਂ ਵਧੀਆ ਚੀਜ਼ ਲੱਗੀ ਉਹ ਇਹ ਲੱਗੀ ਆ ਕਿ ਜਿਹੜੀ ਤੁਸੀਂ ਫਿਨਿਸ਼ਿੰਗ ਦਿੱਤੀ ਆ ਦੇਖੋ ਜਿਹੜਾ ਕੰਮ ਕੀਤਾ ਸੰਦ ਜੇ ਅਗਲੇ ਨੇ ਲਵਾਇਆ ਆਪਾਂ ਲਾਇਆ ਅਗਲੇ ਨੇ ਪੈਸੇ ਲਾਇਆ ਪਰ ਆਹ ਚੀਜ਼ ਜਿਹੜੀ ਖੜੀ ਹੋਊਗੀ ਅਗਲੇ ਦੇ ਘਰੇ ਉਹ ਪਤਾ ਲੱਗੂਗਾ ਵੀ ਖੜੀ ਆ ਹਨਾ ਕਿਉਂਕਿ ਰੰਗ ਬਹੁਤ ਸੋਹਣਾ ਹੋਇਆ ਰੰਗ ਦੀ ਸਫਾਈ ਤੁਹਾਡੀ ਬਹੁਤ ਸੋਹਣੀ ਇਸ ਗੱਲ ਨੂੰ ਤੁਹਾਡਾ ਥੈਂਕ ਯੂ ਕਰਨਾ ਬਣਦਾ ਕਿਉਂਕਿ ਮੈਂ ਬਾਹਲੇ ਥਾਵਾਂ 'ਤੇ ਕਈ ਵਾਰੀ ਵੇਖ ਲਈਦਾ ਫਿਰ ਬੁਰਾ ਲੱਗਦਾ ਆਪਣੇ ਆਪ ਨੂੰ ਜਦੋਂ ਕਈ ਵਾਰੀ ਰੰਗ ਜੇ ਵਾਲੇ ਹੱਥ ਜੇ ਉੱਥੇ ਲੱਗਿਆ ਉਹ ਸਵਾਦ ਜਿਹਾ ਨਹੀਂ ਆਉਂਦਾ ਵੀ ਜਿਹੜੀ ਉਹਦੀ ਫਿਨਿਸ਼ਿੰਗ ਆ ਉਹ ਬਹੁਤ ਸੋਹਣੀ ਹੋਈ ਆ ਜੇ ਤੁਸੀਂ ਇਕੱਲੀ ਇਕੱਲੀ ਚੀਜ਼ 'ਤੇ ਧਿਆਨ ਮਾਰੋ ਨਾ ਆਹ ਲਾਈਟਾਂ 'ਤੇ ਵੀ ਧਿਆਨ ਮਾਰੋ ਇਕੱਲੀ ਇਕੱਲੀ ਚੀਜ਼ 'ਤੇ ਧਿਆਨ ਮਾਰੋ ਆਹ ਚੀਜ਼ ਆਹ ਬਾਈ ਨਾਲ ਸੀਗੀ ਸ਼ੋਅ ਦੇ ਕੇ ਮੰਗਾਈ ਆ ਇਹ ਵੀ ਬਾਹਰੋਂ ਹੀ ਆ ਇਹ ਪੀਟਰ ਬੈਲਟ ਦੀ ਹੁੰਦੀ ਹੈ ਜੀ ਅੱਛਾ ਟਰੱਕ ਦੀ ਹੁੰਦੀ ਹੈ ਉਹਦੀ ਇਹ ਟਰੱਕ ਪੀਟਰ ਬੈਲਟ ਵਾਲੀ ਇਹ ਲੱਗ ਗਈ ਆ ਹਾਂਜੀ ਵੀ ਆਪਾਂ ਇਹ ਕਹਿ ਲਗੇ ਵੀ ਅਮਰੀਕਾ ਤੋਂ ਸੰਦਾਂ ਦਾ ਸਮਾਨ ਲੱਗਣਾ ਸਟਾਰਟ ਹੋ ਗਿਆ ਇਹਦੇ ਹਾਂਜੀ 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 ਤੇ ਇਹ ਨਹੀਂ ਪਤਾ ਵੀ ਕੋਈ ਸਮਾਨ ਇਟਲੀ ਦਾ ਕੋਈ ਇੰਡੀਆ ਦਾ ਕੋਈ ਕਿਤੋਂ ਦਾ ਪਤਾ ਨਹੀਂ 4-5 ਦੇਸ਼ਾਂ ਦਾ ਤਾਂ ਸਮਾਨ ਹੀ ਲੱਗ ਗਿਆ ਇੱਥੇ ਤੇ ਆ ਆ ਆਹ ਆਹ ਪਲਾਜ਼ਮਾ ਕਟਿੰਗ ਕਰਾਈ ਆਹ ਆਹ ਇਹ ਹਾਂਜੀ ਪਲਾਜ਼ਮਾ ਕਟਿੰਗ ਸਾਰੀ ਆ ਦੇਖੋ ਵੀ ਪਲਾਜ਼ਮਾ ਕਟਿੰਗ ਮਤਲਬ ਕਿਸੇ ਵੀ ਥਾਂ ਤੇ ਜਿੱਥੇ ਇਹਨਾਂ ਨੂੰ ਮੁੰਡਿਆਂ ਨੂੰ ਐਵੇਂ ਲੱਗਿਆ ਨਾ ਵੀ ਯਾਰ ਇੱਥੇ ਕੁਝ ਕੀਤਾ ਜਾ ਸਕਦਾ ਉੱਥੇ ਕੁਝ ਕੀਤਾ ਹਾਂਜੀ ਇਹ ਬੈਲਾਰੂਸ ਲਿਖਿਆ ਬਾਈਲਾਰਸ ਨੇ ਆਪਣੇ ਪੰਜਾਬੀ ਚ ਤਾਂ ਬਾਈਲਾਰਸ ਹੀ ਆਪਾਂ ਤਾਂ ਬਾਈਲਾਰਸ ਕਹਿ ਦਿੰਦੇ ਆ ਇਹ ਬੈਲਾਰਸ ਮਿਨਿਸਕ ਟਰੈਕਟਰ ਵਰਕਸ ਲਿਖਿਆ ਵਾ ਇਹ ਜਿਹੜੇ ਜਿੱਥੋਂ ਮਤਲਬ ਬਾਈਲਾਰਸ ਰਹੀ ਨਾਲ ਪਹਿਲਾਂ ਬਣਦਾ ਸੀਗਾ ਉੱਥੋਂ ਦਾ ਵਾ ਅੱਛਾ ਹੁਣ ਤਾਂ ਬਹੁਤ ਉਹ ਪਹਿਲਾਂ ਪਿੰਡ ਸੀ ਇਹ ਛੋਟਾ ਜਿਹਾ ਹੁਣ ਇਹ ਮਤਲਬ ਹੁਣ ਤਾਂ ਸ਼ਹਿਰ ਬਣ ਗਿਆ ਬਹੁਤ ਇਹਨਾਂ ਨੂੰ ਤੁਸੀਂ ਮਾਨਤਾਨ ਦੇਤਾ ਵੀ ਭਾਈ ਤੁਸੀਂ ਬਾਈਲਾਰਸ ਦੇ ਜਨਮਦਾਤੇ ਹਾਂਜੀ ਹਾਂਜੀ ਬਿਲਕੁਲ ਅੱਛਾ ਉਹਨਾਂ ਦਾ ਆਹ ਕਟਵਾ ਕੇ ਲਾਤਾ ਮਤਲਬ ਕਮਾਲ ਦੀ ਗੱਲ ਇਹ ਆ ਤੁਸੀਂ ਟਰੈਕਟਰ ਦੇ ਦਾਲੇ ਨਾ ਮੈਂ ਤੁਹਾਨੂੰ ਫੇਰ ਘਮਾਉਣਾ ਇੱਕ ਵਾਰ ਕਿ ਤੁਸੀਂ ਇਸ ਟਰੈਕਟਰ ਦੇ ਵਿੱਚ ਜੇ ਮੈਂ ਚੈਲੰਜ ਕਰਾਂ ਤਾਂ ਤੁਹਾਨੂੰ ਕਿਸੇ ਵੀ ਥਾਂ ਇਹੋ ਜਿਹੀ ਚੀਜ਼ ਨਹੀਂ ਮਿਲੂਗੀ ਵੀ ਜਿੱਥੇ ਮੁੰਡਿਆਂ ਨੂੰ ਐਂ ਲੱਗਿਆ ਹੋਵੇ ਕਿ ਯਾਰ ਆਹ ਚੀਜ਼ ਉਹੀ ਸੁਣਨੀ ਜੀ ਕੋਈ ਛੱਡਤੀ ਯਾਰ ਛੱਡਤੀ ਜੱਪ ਤੱਪ ਵਾਲੀ ਗੱਲ ਨਹੀਂ ਕੀਤੀ 1.5 ਸਾਲ ਦਿਨ ਰਾਤ ਲੱਗੇ ਰਹੇ ਇੱਥੇ ਹੋਰ ਟਰੈਕਟਰ ਵੀ ਤਿਆਰ ਕਰਾਇਆ ਹੁਣ ਤੱਕ ਬਾਈ ਕਿੰਨੇ ਟਰੈਕਟਰ ਮੋਡੀਫਾਈ ਕਰ ਚੁੱਕੇ ਹੋ ਤੁਸੀਂ ਕੋਈ ਦੱਸ ਨਹੀਂ ਸਕਦੇ ਗਿਣਤੀ ਕੋਈ ਨਹੀਂ ਗਿਣਤੀ ਨਹੀਂ ਕੋਈ ਬਹੁਤ ਟਰੈਕਟਰ ਤਿਆਰ ਕੀਤੇ ਆ ਕੋਸ ਦੀ ਵੀਡੀਓ ਨਹੀਂ ਸ਼ੇਅਰ ਕਰ ਸਕੇ ਪਹਿਲਾਂ ਕੀਤੇ ਸੀ ਉਦੋਂ ਸੋਸ਼ਲ ਮੀਡੀਆ ਦੇ ਘੱਟ ਸੀਗੇ ਸੋਸ਼ਲ ਮੀਡੀਆ ਤੇ ਘੱਟ ਸੀ ਹੌਲੀ ਹੌਲੀ ਭੇਤ ਆਉਂਦਾ ਹੌਲੀ ਹੌਲੀ ਯਾਰ ਜੈਸੇ ਮੁੰਡਾ ਖੁੰਡਾ ਹੈ ਤੂੰ ਉਸ ਹਿਸਾਬ ਨਾਲ ਤੁਸੀਂ ਸੋਸ਼ਲ ਮੀਡੀਆ ਤੇ ਤੁਹਾਡਾ ਕੰਮ ਦਬਦਬਾ ਘੱਟ ਹੈ ਉਹ ਜੀ ਰੌਲਾ ਜਾ ਨਹੀਂ ਬੜਾ ਪਾਉਂਦੇ ਚੱਕਰ ਇਹੀ ਆ ਕਿਉਂਕਿ ਕੰਮ ਹੀ ਖੁਦ ਕਰਦੇ ਤੁਸੀਂ ਆਪ ਕੰਮ ਕਰਦੇ ਤੁਸੀਂ ਕੰਮ ਕਰਵਾਉਂਦੇ ਨਹੀਂਗੇ ਹਾਂਜੀ ਜੇ ਆਪਾਂ ਗੱਲ ਕਰੀਏ ਰੰਗ ਵੀ ਤੁਸੀਂ ਆਪ ਕਰਦੇ ਆ ਆਪਣੀ ਰੰਗ ਇੱਥੇ ਸਾਰਾ ਕੰਮ ਟੋਟਲੀ ਆਪਣੀ ਵਰਕਸ਼ਾਪ ਤੇ ਹੁੰਦਾ ਵਰਕਸ਼ਾਪ ਤੇ ਹੁੰਦਾ ਮਤਲਬ ਐਵੇਂ ਨਹੀਂਗਾ ਕਿ ਫਲਾਨੀ ਚੀਜ਼ ਦਾ ਫਲਾਨੇ ਨੂੰ ਠੇਕਾ ਦੇਤਾ ਫਲਾਨੀ ਦਾ ਫਲਾਨੀ ਨੂੰ ਦਿੱਤਾ ਆਪਾਂ ਉੱਥੇ ਲੈ ਕੇ ਇਕੱਠਾ ਕਰਤਾ ਹਾਂਜੀ ਇਦਾਂ ਨਹੀਂਗਾ ਵੀ ਇੱਧਰ ਭੇਜਤਾ ਟਰੈਕਟਰ ਉੱਧਰ ਭੇਜਤਾ ਸਾਰਾ ਕੰਮ ਉੱਥੇ ਹੀ ਹੁੰਦਾ ਜੀ ਸਾਰਾ ਤੁਹਾਡੀ ਦੇਖ ਰੇਖ ਦੇ ਵਿੱਚ ਹੀ ਹੁੰਦਾ ਹਾਂਜੀ ਬਿਲਕੁਲ ਤੇ ਫਿਰ ਦੇਖ ਰੇਖ ਜਦੋਂ ਕੰਮ ਹੁੰਦਾ ਤੇ ਫਿਰ ਸੋਸ਼ਲ ਮੀਡੀਆ ਵਾਲੇ ਪਾਸੇ ਪੂਰਾ ਧਿਆਨ ਘੱਟ ਦਿੰਦਾ ਹਾਂਜੀ ਹਾਂਜੀ ਉਹੀ ਹੈ ਨਾ ਜੀ ਇੰਸਟਾਗ੍ਰਾਮ ਚਲਾਏ ਨੂੰ ਕਿੰਨਾ ਟਾਈਮ ਹੋ ਗਿਆ ਇਹ ਹੋ ਸਕਦਾ 17-18 ਦੇ ਹੋਊਗਾ ਮੇਰੇ ਹਿਸਾਬ ਨਾਲ ਤੇ ਕਿੰਨੇ ਫਾਲੋਅਰ ਹੋਗੇ ਫਾਲੋਅਰ ਇਸ ਟਾਈਮ ਹੋਣਗੇ 32,000 ਹੁੰਦੇ 32,000 ਫਾਲੋਅਰ ਹੋਗੇ ਹਾਂਜੀ ਸਭ ਤੋਂ ਵੱਧ ਰੀਲ ਕਿਹੜੀ ਚੱਲੀ ਸੀ ਸਭ ਤੋਂ ਵੱਧ ਰੀਲ ਤੁਹਾਨੂੰ ਦੱਸਦਿਆਂ ਤਾਂ ਇਸ ਟ੍ਰੈਕਟਰ ਦੀਆਂ ਚੱਲੀਆਂ ਜੀ ਇਹ ਟ੍ਰੈਕਟਰ ਦੀਆਂ ਸਭ ਤੋਂ ਵੱਧ ਚੱਲੀਆਂ ਹਾਂਜੀ ਬਿਲਕੁਲ ਕਿੰਨੀ ਹੋ ਗਈ ਜਿਹੜੀ ਸਾਰਿਆਂ ਨਾਲੋਂ ਵੱਧ ਵਾਲੀ ਉਹ ਕਿੰਨੀ ਹੋ ਗਈ ਕੋਸਕੋ ਟ੍ਰੈਕਟਰ ਇਹਦੀਆਂ ਕੋਸਕੋ ਵੀਡੀਓ ਦਾ ਮਿਲੀਅਨ ਦੇ ਵਿੱਚ ਵੀ ਮਿਲੀਅਨ ਦੇ ਵਿੱਚ ਚੱਲੀਆਂ ਗਈਆਂ ਹਾਂਜੀ ਚੱਲੀਆਂ ਗਈਆਂ ਮਿਲੀਅਨ ਦੇ ਵਿੱਚ ਚੱਲੀਆਂ ਗਈਆਂ ਬਿਲਕੁਲ ਜੀ ਠੀਕ ਆ ਵੀ ਮਤਲਬ ਮਿਲੀਅਨ ਯਾਰ ਬਹੁਤ ਹੁੰਦਾ 10 ਲੱਖ ਬੰਦਾ ਯਾਰ ਬਹੁਤ ਵੱਡੀ ਗੱਲ ਹੁੰਦੀ ਆ ਕਿ ਤੁਸੀਂ ਕਿਸ ਤੁਹਾਨੂੰ ਕੋਈ ਬੰਦਾ 10 ਲੱਖ ਦੇ ਲੈ ਇਸ ਟ੍ਰੈਕਟਰ ਨੇ ਉਤਸ਼ਾਹ ਵਧਾਇਆ ਸਾਨੂੰ ਵੀ ਇੰਸਟਾਗ੍ਰਾਮ ਚਲਾਉਣ ਦਾ ਉਹ ਵੀ ਜਦੋਂ
ਥੋੜਾ ਜਿਹਾ ਮੈਨੂੰ ਲੱਗ ਜਾਂਦਾ ਰਿਸਪੌਂਸ ਮੈਨੂੰ ਲੱਗ ਜਾਂਦਾ ਫਿਰ ਬੰਦੇ ਨੂੰ ਥੋੜਾ ਜਿਹਾ ਹੋ ਜਾਂਦਾ ਹੁਣ ਇਹ ਕਦੋਂ ਕਦੋਂ ਬਾਈ ਭੋਲੇ ਕੋਲੇ ਕਦੋਂ ਚਲਿਆ ਜਾਊਗਾ ਕੋਕਰੀ ਕਦੋਂ ਚਲਿਆ ਜਾਊਗਾ ਇਹ ਤਾਂ ਰੈਡੀ ਹੈ ਜੀ ਬਸ ਜਿਵੇਂ ਕਹਿ ਦੋਗੇ ਮਾੜਾ ਮੋਟਾ ਥੋੜਾ ਬਹੁਤ ਆ ਰਿਹਾ ਇਹ ਇਸ ਤੋਂ ਬਾਅਦ ਆਪਣਾ ਇੱਕ ਪਾਸਿੰਗ ਇੰਜੀਨੀਅਰ ਆ ਬਾਈ ਜਾਦਵਿੰਦਰ ਹਾਂਜੀ ਹਾਂਜੀ ਸਿਰਗੀ ਵਾਲੇ ਵਾਲਾ ਹਾਂਜੀ ਹੁਣ ਉਹਦੇ ਕੋਲੇ ਜਾਊਗਾ ਇਹ ਹਾਂਜੀ ਉਹਨਾਂ ਕੋਲੇ ਜਾਊਗਾ ਪਹਿਲਾਂ ਉਹ ਚੈੱਕ ਕਰਨਗੇ ਬਾਈ ਨੇ ਤਾਂ ਭੋਲਾ ਬਾਈ ਨੇ ਉਹਨਾਂ ਨੇ ਤਾਂ ਹਜੇ ਇੱਥੇ ਆਉਣਾ ਨੀਗਾ ਹਾਂ ਪਹਿਲਾਂ ਉਹਨਾਂ ਕੋਲੇ ਜਾਊਗਾ ਉਹ ਚੈੱਕ ਚੁੱਕ ਕਰਨਗੇ ਵੈਸੇ ਬਾਈ ਬਾਈ ਜਾਦਵਿੰਦਰ ਵੀ ਯਾਰ ਤੁਹਾਡੇ ਨਾਲ ਬਹੁਤ ਮੁਹੱਬਤ ਰੱਖਦਾ ਹੈ ਨਾ ਹਾਂਜੀ ਉਹ ਟੈਕਨੀਕਲੀ ਬਾਈ ਨੂੰ ਨੌਲੇਜ ਬਹੁਤ ਆ ਹਾਂਜੀ ਬਿਲਕੁਲ ਜੀ ਨੌਲੇਜ ਉਹਨਾਂ ਨੂੰ ਬਹੁਤ ਜ਼ਿਆਦਾ ਹੈ ਟੈਕਨੀਕਲੀ ਨੌਲੇਜ ਬਹੁਤ ਆ ਇੱਕ ਇਹਨਾਂ ਨੇ ਸੱਜਣਾ ਨੇ ਟਰੈਕਟਰ ਤਿਆਰ ਕੀਤਾ ਸੀ ਬਿਲਕੁਲ ਆਹੀ ਵਾਈ ਲਾਰਸ ਵਾਲੀ ਸ਼ਕਲ ਉੱਤੇ ਆਪਾਂ ਫਿੱਟ ਕੀਤਾ ਸੀ ਇੰਜਣ ਲੇਲੈਂਟ ਵਾਲਾ ਇੰਜਣ ਫਿੱਟ ਕੀਤਾ ਸੀ ਉਹਦਾ ਵਾਈ ਲਾਰਸ ਦਾ ਹਿੱਸਾ ਸੀਗੇ ਹਾਂ ਉਹ ਚ ਵਾਈ ਲਾਰਸ ਵਾਲਾ ਸੀਗਾ ਤੇ ਉੱਤੇ ਲੇਲੈਂਟ ਦਾ ਕੀਤਾ ਸੀਗਾ ਇੰਜਣ ਫਿੱਟ ਤੇ ਉਹ ਵੀ ਜਗਾੜ ਨੀਗਾ ਉਹ ਵੀ ਬਹੁਤ ਵਧੀਆ ਚੱਲ ਰਿਹਾ ਹਾਂਜੀ ਬਿਲਕੁਲ ਉਹਦੀ ਆਵਾਜ਼ ਬੜੀ ਆ ਹਾਂਜੀ ਇਹ ਤਿੰਨ ਟਰੈਕਟਰ ਆ ਜੀ ਆਪਾਂ ਤਿੰਨ ਭਰਾ ਕਹਿ ਸਕਦੇ ਅੱਛਾ ਇਹ ਤਿੰਨ ਟਰੈਕਟਰ ਆ ਜੀ ਤਿੰਨ ਟਰੈਕਟਰ ਆ ਕਿਸੇ ਦਿਨ ਤਿੰਨੇ ਇਕੱਠੇ ਕਰਾਂਗੇ ਹਾਂਜੀ ਬਿਲਕੁਲ ਤਿੰਨੇ ਇਕੱਠੇ ਕਰਕੇ ਫਿਰ ਬਣਾਵਾਂਗੇ ਹਾਂਜੀ ਹਾਂਜੀ ਫਿਰ ਇੱਕ ਵੀਡੀਓ ਬਣਾਵਾਂਗੇ ਜੇ ਦੂਜੇ ਜਿਹੜੇ ਟਰੈਕਟਰ ਆ ਉਹ ਤਾਂ ਸਿੰਗਲ ਟਾਇਰ ਹੀ ਆ ਪਰ ਟਾਇਰ ਉਹਨਾਂ ਦੇ ਵੀ ਏਡੇ ਏਡੇ ਹੀ ਮਤਲਬ 18 ਦੇ ਟਾਇਰ ਹੀ ਉਹਨਾਂ ਦੇ ਇਹਦੇ ਟਾਇਰ ਜੇ ਤੁਸੀਂ ਮੇਰੇ ਨਾ ਤੁਸੀਂ ਦੇਖ ਸਕਦੇ ਹੋਵੋ ਤਾਂ ਮੈਂ ਤੁਹਾਨੂੰ ਹੁਣ ਮੈਂ ਮਿਣਤੀ ਗਿਣਤੀ ਮੋਟੀ ਆਪਣੇ ਵਾਲੀ ਪਿੰਡਾਂ ਵਾਲਿਆਂ ਵਾਲੀ ਦਿਖਾ ਦਿੰਦਾ ਬਈ ਆਹ ਇੱਕ ਕਰਮ ਹੋ ਗਈ ਤੇ ਆਹ ਦੋ ਕਰਮਾਂ ਹੋ ਗਈਆਂ ਤੇ ਆਹ ਤਿੰਨ ਕਰਮਾਂ ਹੋ ਗਈਆਂ ਬਈ ਜੇ ਆਪਾਂ ਮੋਟਾ ਜਿਹਾ ਹਿਸਾਬ ਲਾਈਏ ਵੀ 16.5 ਫੁੱਟ ਬਾਈ ਨੇ 17 ਫੁੱਟ ਦੱਸਿਆ ਤੇ ਜੇ ਆਪਾਂ ਹਾਂ 17 ਫੁੱਟ ਆ ਬਾਈ 17.5 ਫੁੱਟ ਲੰਬਾਈ ਹੈ 17 ਫੁੱਟ ਇਹਦੀ ਲੰਬਾਈ ਆ ਜੇ ਪਿਛਲੀ ਲਿੰਕ ਤੋਂ ਲੈ ਕੇ ਮੂਹਰੇ ਲਿੰਕ ਤੱਕ ਹਾਂਜੀ ਬਿਲਕੁਲ ਤੇ ਇਧਰਲੇ ਪਾਸੇ ਇੱਕ ਕਰਮ ਹੋ ਗਈ ਤੇ ਦੋ ਕਰਮਾਂ ਹੋ ਗਈਆਂ ਮਤਲਬ ਦੋ ਕਰਮਾਂ ਮਤਲਬ 11 ਫੁੱਟ 11 ਫੁੱਟ ਚੌੜਾ ਜੀ 11 ਫੁੱਟ ਇਹ ਚੌੜਾ ਹੋ ਗਿਆ ਤੇ 9 ਫੁੱਟ ਇਹਦੀ ਹਾਈਟ ਆ ਜੀ 9 ਫੁੱਟ ਇਹ ਤਹਾਨੂੰ ਹਾਂਜੀ ਠੀਕ ਆ ਲੈ ਵੀ ਸੱਜਣਾ ਬਹੁਤ ਮੁਬਾਰਕਾਂ ਪਹਿਲਾਂ ਤਾਂ ਤੁਸੀਂ ਇਹ ਟਰੈਕਟਰ ਬਹੁਤ ਚੰਗਾ ਤਿਆਰ ਕੀਤਾ ਇਹਦੇ ਲਈ ਤੁਹਾਡਾ ਧੰਨਵਾਦ ਵੀ ਆ ਪਿੰਡਾਂ ਵਾਲੇ ਮੁੰਡਿਆਂ ਨੂੰ ਉਤਸ਼ਾਹ ਹੋਊਗਾ ਕਿ ਐਡੀ ਵੀ ਨਹੀਂ ਗੱਲ ਯਾਰ ਬਈ ਐਡੀ ਵੀ ਗੱਲ ਨਹੀਂ ਵੀ ਸਾਰਾ ਦਿਮਾਗ ਸਾਰੀ ਦੁਨੀਆ ਦਾ ਬਾਹਰ ਹੀ ਚੱਲਿਆ ਗਿਆ ਨਹੀਂ ਇੱਧਰ ਵੀ ਮੁੰਡੇ ਬੈਠੇ ਆ ਪਿੰਡਾਂ ਦੇ ਵਿੱਚ ਜਿਹੜੇ ਕਮਾਲ ਦੀਆਂ ਚੀਜ਼ਾਂ ਤਿਆਰ ਵੀ ਕਰ ਸਕਦੇ ਆ ਅਤੇ ਮਤਲਬ ਕਮਾਲ ਦੇ ਮਿਹਨਤੀ ਵੀ ਆ ਜੇ ਹੁਣ ਇਹ ਮੁੰਡਿਆਂ ਦੀ ਆਪਾਂ ਗੱਲ ਕਰੀਏ ਬਾਈ ਤੇਰੀ ਦੋਨਾਂ ਭਰਾਵਾਂ ਦੀ ਤੁਹਾਡੀ ਉਮਰ ਕਿੰਨੀ ਹੋਊਗੀ ਵੱਡੇ ਦੀ ਬਾਈ ਦੀ ਕਿੰਨੀ ਮੇਰੀ ਮੇਰੀ ਹੈਗੀ 25 ਸਾਲ ਉਮਰ ਤੇ 25 ਤੇ 22 27 ਸਾਢੇ 27 ਸਾਲ ਦਾ ਹੋਊਗਾ ਹਨਾ ਵੱਡਾ ਬਾਈ ਹਾਂਜੀ ਤੇ ਦੋਨੇ ਭਰਾ ਸਕੇ ਭਰਾ ਹਾਂਜੀ ਰਲ ਕੇ ਕੰਮ ਕਰਦੇ ਆ ਬਿਲਕੁਲ ਜੀ ਰਲ ਕੇ ਕੰਮ ਕਰਦੇ ਆ ਤੇ ਮਾਲਕ ਦੀ ਕਿਰਪਾ ਨਾਲ ਮਿਹਨਤ ਕਰਦੇ ਸਾਰੀ ਦਿਹਾੜੀ ਲੋਹਾ ਕੁੱਟਦੇ ਆ ਬਾਈ ਪਰ ਸੌਖੀ ਰੋਟੀ ਖਾ ਰਿਹਾ ਇੱਥੇ ਇੱਜ਼ਤ ਵਾਲੀ ਤੇ ਸੌਖੀ ਰੋਟੀ ਖਾ ਰਿਹਾ ਬਹੁਤ ਸੋਹਣੀ ਮਤਲਬ ਇਸ ਗੱਲੋਂ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਵੀ ਬਣਦਾ ਇਹਨਾਂ ਦਾ ਮੋਢੇ ਤੇ ਥਾਪੀ ਮਾਰਨੀ ਬਣਦੀ ਆ ਕਿ ਤੁਸੀਂ ਚੰਗਾ ਕੰਮ ਕਰ ਰਹੇ ਆ ਤੇ ਸੱਜਣਾ ਤੋਂ ਉਮੀਦ ਵੀ ਕਰਦਾ ਮੈਂ ਇਹਨਾਂ ਦਾ ਨੰਬਰ ਦੇ ਰਿਹਾ ਇਸ ਵਰਕਸ਼ਾਪ ਦਾ ਐਡਰੈਸ ਦੇ ਰਿਹਾ ਤੁਹਾਨੂੰ ਐਡਰੈਸ ਇਹ ਆ ਕਿ ਜਦੋਂ ਤੁਸੀਂ ਮੋਗੇ ਦੇ ਕੋਲੇ ਪਿੰਡ ਪੈ ਜਾਂਦਾ ਝਿੜਕ ਲੋਕੇਸ਼ਨ ਲਾ ਲਿਓ ਝਿੜਕ ਦੀ ਤਾਂ ਤੁਸੀਂ ਆ ਜਾਓਗੇ ਉੱਥੇ ਆ ਕੇ ਵਰਕਸ਼ਾਪ ਤੁਹਾਨੂੰ ਕਿਤੇ ਪੁੱਛਣ ਦੀ ਲੋੜ ਨਹੀਂ ਜਿਹੜੇ ਵੀ ਮਰਜ਼ੀ ਪਿੰਡ ਦੇ ਬੰਦੇ ਨੂੰ ਤੁਸੀਂ ਪੁੱਛੋਗੇ ਨਾ ਵੀ ਆਹਾ ਭਾਈ ਪਹਿਲੇ ਹੁਣਾਂ ਦੀ ਵਰਕਸ਼ਾਪ 'ਤੇ ਜਾਣਾ ਅਗਲਾ ਮਾਣਨਾ ਨਾ ਪਿੰਡ ਦਾ ਬੰਦਾ ਤੁਹਾਨੂੰ ਚਾਹ ਪਾਣੀ ਪੁੱਛੂਗਾ ਅਤੇ ਪਿੰਡ ਦਾ ਬੰਦਾ ਤੁਹਾਨੂੰ ਮਾਣਨਾ ਤੁਹਾਨੂੰ ਵਰਕਸ਼ਾਪ 'ਤੇ ਛੱਡ ਕੇ ਆਊਗਾ ਇੰਨਾ ਮਾਣ ਕਰਦੇ ਆ ਇਹਨਾਂ 'ਤੇ ਪਿੰਡ ਵਾਲੇ ਕਿ ਸਾਡੇ ਪਿੰਡ ਦੇ ਜਵਾਕ ਇੰਨੇ ਮਿਹਨਤੀ ਇੰਨਾ ਮਾਣ ਕਰਦੇ ਆ ਅਤੇ ਤੁਸੀਂ ਬੇਫਿਕਰ ਹੋ ਕੇ ਵਰਕਸ਼ਾਪ 'ਤੇ ਆ ਸਕਦੇ ਆ ਇਹਨਾਂ ਤੋਂ ਕੋਈ ਵੀ ਟਰੈਕਟਰ ਮੋਡੀਫਾਈ ਕਰਾਉਣਾ ਅਤੇ ਤੁਸੀਂ ਕਰਵਾ ਸਕਦੇ ਆ ਆਪਣੀ ਮਰਜ਼ੀ ਨਾਲ ਆਹ ਟਰੈਕਟਰ ਮੋਡੀਫਾਈ ਇਹਨਾਂ ਨੇ ਕੀਤਾ ਮਰਜ਼ੀ ਬਾਈ ਭੋਲੇ ਦੀ ਸੀ ਉਹਨਾਂ ਨੇ ਕਿੱਥੇ ਲਾਉਣਾ ਆਪਦੇ ਜਿਵੇਂ ਉਹਨਾਂ ਨੇ ਕਿਹਾ ਉਦਾਂ ਤਿਆਰ ਕੀਤਾ ਮਤਲਬ ਜਿਵੇਂ ਤੁਸੀਂ ਕਿਹਾ ਉਹਨਾਂ ਦੀ ਮਰਜ਼ੀ ਨਾਲ ਟਰੈਕਟਰ ਤਿਆਰ ਹੋਇਆ ਮਤਲਬ ਇਹ ਮੁੰਡੇ ਜੇ ਤੁਸੀਂ ਆਪਣਾ ਕੋਈ ਟਰੈਕਟਰ ਮੋਡੀਫਾਈ ਕਰਾਉਣਾ ਤੁਸੀਂ ਮਰਜ਼ੀ ਤੁਹਾਡੀ ਹੋਊਗੀ ਕਿ ਐਵੇਂ ਕਰਦੇ ਇਹ ਜਿੰਨਾ ਕੁ ਤੁਸੀਂ ਕਹੋਗੇ ਉਹਨਾਂ ਕਰ ਦੇਣਾ ਹਾਂਜੀ ਪਰ ਕਰਨਗੇ ਬਹੁਤ ਸੋਹਣਾ ਫਿਨਿਸ਼ਿੰਗ ਕਮਾਲ ਮਤਲਬ ਕਮਾਲ ਦੀ ਸੋਹਣਾ ਕੰਮ ਕਰਦੇ ਆ ਇਹ ਮੁੰਡੇ ਮਿਹਨਤ ਲੈਂਦੇ ਆ ਪਰ ਸੋਹਣਾ ਕੰਮ ਕਰਦੇ ਆ ਇਸ ਗੱਲ ਦਾ ਇਹਨਾਂ ਮੁੰਡਿਆਂ 'ਤੇ ਮਾਣ ਆ ਵੀਡੀਓ ਕਿਹੋ ਜਿਹੀ ਲੱਗੀ ਦੱਸਿਓ ਜ਼ਰੂਰ ਚਾਹੁੰਦੇ ਵਾਸਤੇ ਰਹੋ ਬਹੁਤ ਬਹੁਤ ਧੰਨਵਾਦ